ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਪਾਕਿਸਤਾਨ ਦੇ ਲਾਹੌਰ ਵਿੱਚ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਹੋਈ 3 ਰੋਜ਼ਾ ਇਸ ਕਨਵੈਨਸ਼ਨ ਦੇ ਵਿੱਚ ਵੱਖ ਵੱਖ ਦੇਸ਼ਾਂ ਤੋਂ ਸਿੱਖ ਵਿਦਵਾਨ ਉੱਥੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਕਰਤਾਰਪੁਰ ਲਾਂਘੇ ਦਾ ਜ਼ਿਕਰ ਹੋਇਆ 595 ਗੁਰਪੁਰਬ ਦਾ ਜ਼ਿਕਰ ਹੋਇਆ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਮੱਸਿਆਵਾਂ ਹੈਗੀਆਂ ਤਾਂ ਜਿਹੜੇ ਹੋਰ ਚੀਜ਼ਾਂ ਕਰਨ ਵਾਲੀਆਂ ਹੈ ਗੁਰਪੁਰਬ ਨਾਲ ਸੰਬੰਧਿਤ ਉਹਨਾਂ 'ਤੇ ਜ਼ਿਕਰ ਹੋਇਆ ਕੀ ਕੁਛ ਹੋਣਾ ਚਾਹੀਦਾ ਜਿਹੜੀ ਯੂਨੀਵਰਸਿਟੀ ਹੈਗੀ ਉਸ ਬਾਰੇ ਵੀ ਜ਼ਿਕਰ ਹੋਇਆ ਅਤੇ ਗੁਰਤਾਮਾ ਦੇ ਨਾਲ ਅਸੀਂ ਕਿਵੇਂ ਜੁੜਨਾ ਹੈਗਾ ਉਸ ਬਾਰੇ ਵੀ ਜ਼ਿਕਰ ਹੋਇਆ ਇਸ ਸਭ ਦੇ ਵਿਚਾਲੇ ਆਖਰੀ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਬੋਧਨ ਕੀਤਾ ਅਤੇ ਉਸ ਸੰਬੋਧਨ ਵਿੱਚ ਕਸ਼ਮੀਰ ਦੇ ਮਸਲੇ ਦਾ ਜ਼ਿਕਰ ਹੋਇਆ ਅਤੇ ਕਰਤਾਰਪੁਰ ਲਾਂਘੇ ਦੇ ਬਾਰੇ ਤਾਂ ਗੱਲ ਹੋਣੀ ਹੋਣੀ ਸੀਗੀ ਨਾਲ ਉਹਨਾਂ ਨੇ ਇਹ ਕਿਹਾ ਕਿ ਸਾਰਿਆਂ ਨੂੰ ਇਕੱਠੇ ਰਲ ਕੇ ਜਿਹੜਾ ਗੁਰਪੁਰਬ ਮਨਾਉਣਾ ਚਾਹੀਦਾ ਹੈਗਾ ਪਰ ਇਹਨਾਂ ਸਾਰੇ ਸਵਾਲਾਂ ਦੇ ਵਿਚਾਰੇ ਕਸ਼ਮੀਰ ਮਸਲੇ ਜ਼ਿਕਰ ਕਰਦੇ ਕਰਦੇ ਉਹਨਾਂ ਨੇ ਪਰਮਾਣੂ ਹਥਿਆਰਾਂ ਦਾ ਵੀ ਜ਼ਿਕਰ ਕੀਤਾ ਉਹ ਕਿਸ ਕੰਟੈਕਸਟ ਵਿੱਚ ਕੀਤਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਸਭ ਦੇ ਨਾਲ ਸਵਾਲ ਇਹ ਵੀ ਪੁੱਛਿਆ ਜਾਵੇਗਾ ਕਿ ਘੱਟ ਗਿਣਤੀਆਂ ਬਾਰੇ ਇਮਰਾਨ ਖਾਨ ਕੀ ਸੋਚਦੇ ਆ ਕਿਉਂਕਿ ਉਹਨਾਂ ਨੇ ਜਦੋਂ ਕਸ਼ਮੀਰ ਦਾ ਜ਼ਿਕਰ ਕਰਦੇ ਆ ਤਾਂ ਘੱਟ ਗਿਣਤੀ ਦਾ ਜ਼ਿਕਰ ਵੀ ਕਰਦੇ ਆ ਅਸੀਂ ਇੱਕੋ ਸਵਾਲ ਪੁੱਛਾਂਗੇ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਇਮਰਾਨ ਨੂੰ ਕਿਹੜੀ ਟੈਨਸ਼ਨ ਸਿੱਖ ਕਨਵੈਨਸ਼ਨ ਅਤੇ ਇਮਰਾਨ ਅੱਜ ਬਹਿਸ ਕਿਉਂ ਕਰ ਰਿਹਾ ਤੁਹਾਨੂੰ ਟੂ ਦਾ ਪੁਆਇੰਟ ਵਿੱਚ ਪੁਆਇੰਟ ਟੂ ਪੁਆਇੰਟ ਦੱਸ ਦਈਏ ਲਾਹੌਰ ਵਿੱਚ 3 ਰੋਜ਼ਾ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੀ ਸਮਾਪਤੀ ਅਤੇ ਸਿਆਸਤ ਭਾਕੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਬੋਧਨ ਨਾਲ ਭਾਰਤ 'ਚ ਘਮਸਾਨ ਮੱਚਿਆ ਅਤੇ ਇਹ ਕਿਹਾ ਗਿਆ ਕਿ ਸਾਡੇ ਵੱਲੋਂ ਹਮਲੇ ਦੀ ਪਹਿਲ ਨਹੀਂ ਹੋਵੇਗੀ ਜੰਗ ਨਾਲ ਮਸਲੇ ਹੱਲ ਨਹੀਂ ਹੁੰਦੇ ਇਮਰਾਨ ਖਾਨ ਨੇ ਕਿਸ ਕੰਟੈਕਸਟ ਦੇ ਵਿੱਚ ਸਾਰਾ ਬਿਆਨ ਦਿੱਤਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਪੈਨਲ ਸਾਡਾ ਮੌਜੂਦ ਰਹੇਗਾ ਇਮਰਾਨ ਨੇ ਕਸ਼ਮੀਰ ਦਾ ਮਸਲਾ ਉਠਾਉਂਦਿਆਂ ਸਿੱਖਾਂ ਨੂੰ RSS ਤੋਂ ਸੁਚੇਤ ਰਹਿਣ ਲਈ ਆਖਿਆ ਇਹਦਾ ਮਤਲਬ ਕੀ ਹੈਗਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਮਰਾਨ ਨੇ ਕਰਤਾਰਪੁਰ ਲਾਂਘੇ ਜ਼ਿਕਰ ਕਰਦਿਆਂ 550ਵਾਂ ਗੁਰਪੁਰਬ ਇਕੱਠੇ ਮਨਾਉਣ ਦਾ ਸੱਦਾ ਦਿੱਤਾ 31 ਅਗਸਤ ਤੋਂ 2 ਸਤੰਬਰ ਤੱਕ ਇਹ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਹੋਈ ਹੈ ਸਵਾਲ ਇੱਕੋ ਪੁੱਛਿਆ ਜਾਵੇਗਾ ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਜ਼ਰੀਏ ਪਾਕਿਸਤਾਨ ਦੇ PM ਇਮਰਾਨ ਖਾਨ ਨੇ ਕਿਸ ਨੂੰ ਟਾਰਗੇਟ ਕੀਤਾ ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ ਪੈਨਲ ਸਾਡਾ ਮੌਜੂਦ ਹੈਗਾ ਹੁਣ ਤੁਹਾਡਾ ਤਾਰਫ ਕਰਾ ਰਿਹਾ ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ ਵਿਕਰਮਜੀਤ ਸਿੰਘ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਜਦੋਂ ਕਸ਼ਮੀਰ ਦਾ ਜ਼ਿਕਰ ਹੋਵੇ ਅਤੇ ਉਦੋਂ ਜਦੋਂ ਕਰਤਾਰਪੁਰ ਲਾਂਘੇ ਦਾ ਜ਼ਿਕਰ ਹੋਣਾ ਹੋਵੇ ਤਾਂ ਉਦੋਂ ਵਿਕਰਮਜੀਤ ਖਰਾ ਨੂੰ ਸਾਥ ਨਾਲ ਲਾਜ਼ਮੀ ਹੋ ਜਾਂਦਾ ਵਿਕਰਮਜੀਤ ਤੁਹਾਡਾ ਬਹੁਤ ਸਵਾਗਤ ਆ ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਲੰਬਾ ਤਜਰਬਾ ਇਹਨਾਂ ਦਾ ਸਿਆਸਤ ਦੇ ਵਿੱਚ ਅਤੇ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਸੰਘ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਹਰਜੀਤ ਸਿੰਘ ਗਰੇਵਾਲ ਨੂੰ ਸੱਦਣਾ ਬਹੁਤ ਲਾਜ਼ਮੀ ਹੁੰਦਾ ਕਿਉਂਕਿ ਇਹ ਸੰਘ ਅਤੇ ਜਿਹੜੇ ਉੱਚੇ ਅਹੁਦਿਆਂ ਵਿੱਚ ਸ਼ਾਮਿਲ ਸ਼ਖਸੀਅਤਾਂ ਹੈਗੀਆਂ ਉਹਦੇ ਵਿੱਚੋਂ ਨੇ ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ ਦੇ ਨੁਮਾਇੰਦੇ ਨੇ ਗੁਰਪ੍ਰੀਤ ਸਿੰਘ ਹਰਾਂ ਨੂੰ ਤਾਂ ਸੱਦਾ ਦਿੱਤਾ ਕਿ ਇਹ ਸਿੱਖ ਬੁੱਧੀਜੀਵੀ ਤੌਰ 'ਤੇ ਤਾਂ ਵਿਚਰਦੇ ਨੇ ਦੇ ਨਾਲ ਜਦੋਂ ਇਹਨਾਂ ਨੂੰ ਸੱਦਾ ਪੱਤਰ ਭੇਜਿਆ ਜਾਂਦਾ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੇ ਵਿੱਚ ਅਤੇ ਉਹ ਕਿਸ ਰੂਟ ਦੇ ਜ਼ਰੀਏ ਸੱਦਾ ਪੱਤਰ ਆਉਂਦਾ ਅਤੇ ਗੁਰਪ੍ਰੀਤ ਸਿੰਘ ਹਰੀ ਉੱਥੇ ਜਾਂਦੇ ਕਿਉਂ ਨਹੀਂ ਉਹ ਵੀ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂ ਗੁਰਪ੍ਰੀਤ ਸਿੰਘ ਤੁਹਾਡਾ ਬਹੁਤ ਸਵਾਗਤ ਆ ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੇ ਮੁੱਦਿਆਂ ਜ਼ਿਕਰ ਹੋ ਰਿਹਾ ਉਹਨਾਂ ਮੁੱਦਿਆਂ ਦੇ ਵਿੱਚ ਟਾਰਗੇਟ ਕਿਸ ਨੂੰ ਕੀਤਾ ਜਾ ਰਿਹਾ ਹੈਗਾ ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਇਹ ਪ੍ਰੋਫੈਸਰ ਮਨਜੀਤ ਸਿੰਘ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾ ਸਵਾਲ ਹਰਜੀਤ ਸਿੰਘ ਗਰੇਵਾਲ ਤੁਹਾਨੂੰ ਕਰਨਾ ਚਾਹੁੰਗਾ ਗਰੇਵਾਲ ਸਾਹਿਬ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਹੋਈ ਹੈ ਅਤੇ ਉਹਦੇ ਵਿੱਚ ਜਿਹੜਾ ਹਮਲੇ ਬਾਰੇ ਜ਼ਿਕਰ ਕੀਤਾ ਗਿਆ ਹੈਗਾ ਕੀ ਤੁਹਾਨੂੰ ਲੱਗਦਾ ਕਿ ਇਮਰਾਨ ਖਾਨ ਨੇ ਆਪਣੀ ਨੀਤੀ ਦੇ ਵਿੱਚ ਜਾਂ ਪਾਕਿਸਤਾਨ ਨੇ ਆਪਣੀ ਨੀਤੀ ਦੇ ਵਿੱਚ ਕੋਈ ਬਦਲਾਅ ਕੀਤਾ ਪਾਕਿਸਤਾਨ ਦੀ ਨੀਤੀ 'ਚ ਕੋਈ ਬਦਲਾਅ ਨਹੀਂ ਹੈ ਮਗਰ ਉਹ ਜਦੋਂ ਅੰਤਰਰਾਸ਼ਟਰੀ ਪ੍ਰੈਸ਼ਰ ਪੈਂਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਉਹਦੇ 'ਚ ਬਦਲਾਅ ਕਰਨਾ ਪੈਂਦਾ ਉਹਦੇ ਹੋਰ ਵੀ ਕਈ ਕਾਰਨ ਨੇ ਔਰ ਇਮਰਾਨ ਖਾਨ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਆਪਣੇ ਮੁਲਕ ਦੇ ਬਾਰੇ ਨਹੀਂ ਕਰਦੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁੱਛਿਆ ਜਾਵੇ ਕਿ ਹਿੰਦੁਸਤਾਨ ਦੇ ਅੰਦਰ ਤਾਂ ਜਿਹੜਾ ਮਿਨੋਰਟੀਜ਼ ਆ ਉਹਨਾਂ ਦੀ ਤਾਦਾਦ ਵਧੀ ਆ ਔਰ ਪਾਕਿਸਤਾਨ ਦੇ ਅੰਦਰ ਤਾਦਾਦ ਕਿਉਂ ਘਟੀ ਔਰ ਇੰਨੀ ਜ਼ਿਆਦਾ ਕਿਉਂ ਘਟ ਗਈ ਕਿ 2% ਤੋਂ ਵੀ ਨੀਚੇ ਚਲੇ ਗਏ ਔਰ ਉਹਦੇ ਬਾਰੇ ਉਹ ਦੱਸਦੇ ਨਹੀਂ ਔਰ ਜਿਸ ਤਰ੍ਹਾਂ ਇਹ ਫੋਰਸੀਬਲ ਕਨਵਰਸ਼ਨ ਹੋ ਰਹੀਆਂ ਨੇ ਅਤੇ ਉਹ ਜਿਹੜਾ ਉਹਦੇ ਵਿਸ਼ੇ 'ਤੇ ਵੀ ਕੁਛ ਨਹੀਂ ਬੋਲਦੇ ਔਰ ਪਾਕਿਸਤਾਨ ਦੇ ਅੰਦਰ ਮਿਨੋਰਟੀਜ਼ 'ਤੇ ਜ਼ਿਆਦਾ ਜ਼ੁਲਮ ਹੁੰਦਾ ਇਸ ਦੇ ਬਹੁਤ ਸਾਰੇ ਸਬੂਤ ਵੀ ਨੇ ਔਰ ਪਾਕਿਸਤਾਨ ਕੋਈ ਡੈਮੋਕ੍ਰੇਟਿਕ ਕੰਟਰੀ ਨਹੀਂ ਹੈ ਤਾਂ ਇਸ ਕਰਕੇ ਇਮਰਾਨ ਖਾਨ ਜਿਹੜੇ ਆ ਉਹ ਆਪਣਾ ਫੇਸ ਸੇਵ ਕਰਨ ਦੇ ਲਈ ਔਰ ਵਿਦੇਸ਼ਾਂ ਦੇ ਨਾਲ ਸੰਬੰਧ ਦਰੁਸਤ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਆ ਉਹਦੀ ਸਰਕਾਰ ਹੀ ਇੱਕ ਤਰ੍ਹਾਂ ਨਾਲ ਸਾਜ਼ਿਸ਼ੀ ਹੈ ਔਰ ਜੋ ਆਰਮੀ ਅਸੀਂ ਇਸ ਨੂੰ ਇਸ ਤਰੀਕੇ ਨਾਲ ਨਹੀਂ ਦੇਖ ਸਕਦੇ ਗਰੇਵਾਲ ਸਾਹਿਬ ਕਿ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੇ ਜ਼ਰੀਏ ਜਦੋਂ ਇਹੋ ਜਿਹਾ ਸੰਬੋਧਨ ਹੁੰਦਾ ਅਤੇ ਜੇ ਹਮਲੇ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈਗਾ ਅਤੇ ਇਹ ਕਿਹਾ ਜਾ ਰਿਹਾ ਕਿ ਸਾਡੇ ਲੋਕ ਪਹਿਲ ਨਹੀਂ ਹੋਵੇਗੀ ਇਸ ਨੂੰ ਅਸੀਂ ਇਸ ਤਰੀਕੇ ਨਾਲ ਨਹੀਂ ਦੇਖ ਸਕਦੇ ਕਿ ਲਾਂਘਾ ਜਿਹੜਾ ਸ਼ਾਂਤੀ ਦਾ ਰਾਹ ਸਥਾਪਿਤ ਕਰੇਗਾ ਦੋਨਾਂ ਮੲਲਕਾਂ ਵਿੱਚ ਇਸ ਨਜ਼ਰੀਏ ਨਾਲ ਦੇਖਣਾ ਕੀ ਸਾਨੂੰ ਸੂਟ ਨਹੀਂ ਕਰਦਾ ਜਾਂ ਅਸੀਂ ਦੇਖਣਾ ਨਹੀਂ ਚਾਹੁੰਦੇ ਐਸਾ ਕੁਛ ਨਹੀਂ ਹੈ ਲਾਂਘਾ ਤਾਂ ਖੁੱਲੇਗਾ ਹੀ ਹਾਂ
ਔਰ ਉਹ ਨਹੀਂ ਲਾਂਘੇ ਜਰੀਏ ਸ਼ਾਂਤੀ ਦਾ ਰਾਹ ਖੁੱਲ ਸਕਦਾ ਕਿ ਨਹੀਂ ਖੁੱਲ ਸਕਦਾ? ਅਸੀਂ ਪੋਜ਼ਿਟਿਵ ਵੇ ਨਾਲ ਕਿਉਂ ਨਹੀਂ ਦੇਖ ਸਕਦੇ? ਸ਼ਾਂਤੀ ਦਾ ਰਾਹ ਤਾਂ ਜਦੋਂ ਖਾਲੀ ਲਾਂਘੇ ਨਾਲ ਨਹੀਂ ਖੁੱਲਣਾ, ਜਦੋਂ ਪਾਕਿਸਤਾਨ ਚਾਹੇਗਾ ਸ਼ਾਂਤੀ ਰੱਖਣਾ ਉਸ ਵੇਲੇ ਸ਼ਾਂਤੀ ਰੱਖੀ ਜਾਏਗੀ। ਇਸ ਟਾਈਮ ਉੱਥੇ ਦੀ ਜਿਹੜੀ ਜਨਤਾ ਹੈਗੀ ਆ ਉਹ ਆਰਥਿਕ ਤੌਰ 'ਤੇ ਬਹੁਤ ਬੁਰੇ ਹਾਲ 'ਚ ਮੰਦਹਾਲੀ ਆ ਉੱਥੇ। ਉਸ ਚੱਕਰ ਦੇ ਅੰਦਰ ਇਮਰਾਨ ਖਾਨ ਔਰ ਉਹਨਾਂ ਦੀ ਆਰਮੀ ਜਿਹੜੀ ਆ ਉਹ ਲੋਕਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੀ ਹੈ। ਤੁਹਾਨੂੰ ਇਉਂ ਲੱਗਦਾ ਕਿ ਇਮਰਾਨ ਖਾਨ ਆਪਣੀ ਜਿਹੜੀ ਪਰਮਾਣੂ ਨੀਤੀ ਹੈਗੀ ਉਸ ਤੋਂ ਯੂ ਟਰਨ ਲੈਂਦੇ ਹੋਏ ਨਜ਼ਰ ਆਏ ਜਾਂ ਉੱਥੇ ਹੀ ਖੜੇ ਹੋਏ ਦਿਖਾਈ ਦਿੱਤੇ? ਨਹੀਂ, ਯੂ ਟਰਨ ਉਹਨਾਂ ਦੀ ਕੋਈ ਨਹੀਂ, ਪਰ ਇੰਨੀ ਹਿੰਮਤ ਵੀ ਨਹੀਂ ਇਸ ਵੇਲੇ ਉਹਨਾਂ ਦੀ ਕਿ ਉਹ ਇਸ ਤਰ੍ਹਾਂ ਦੀ ਕੋਈ ਗਲਤੀ। ਵਿਕਰਮਜੀਤ ਸਿੰਘ, ਤੁਸੀਂ ਸਾਰਾ ਉਹ ਸੰਬੋਧਨ ਸੁਣਿਆ ਹੋਗਾ ਵਿਕਰਮ ਇਮਰਾਨ ਖਾਨ ਦਾ, ਇਮਰਾਨ ਖਾਨ ਕਹਿਣਾ ਕੀ ਚਾਹੁੰਦੇ ਆ ਅਤੇ ਉਹਨਾਂ ਦਾ ਟਾਰਗੇਟ ਹੈ ਕੀ ਹੈ? ਮੈਂ ਪਹਿਲਾਂ ਹਮਲੇ ਦਾ ਜ਼ਿਕਰ ਕਰ ਰਿਹਾ ਹਾਂ। ਦੇਖੋ, ਇਮਰਾਨ ਖਾਨ ਦੀ ਜਿਹੜੀ ਸਟੇਟਮੈਂਟ ਹੈ ਐਟ ਦੀ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ, ਉਹਨਾਂ ਵਿੱਚ ਉਹਨਾਂ ਨੇ ਸਟਾਰਟ ਆਫ ਕਿਹਾ ਕਿ ਦੋਨੋਂ ਨੇਸ਼ਨਸ ਨਿਊਕਲੀਅਰ ਵੈਪਨ ਪਾਵਰਸ ਨੇ ਅਤੇ ਅਗਰ ਇਹਨਾਂ ਵਿੱਚ ਕੋਈ ਕੌਨਫਲਿਕਟ ਹੁੰਦਾ ਤਾਂ ਇਹਦੇ ਕੌਨਸੀਕੁਐਂਸਿਸ ਬਹੁਤ ਡਿਜ਼ਾਸਟਰਸ ਪੂਰੀ ਦੁਨੀਆ ਦੀ। ਇਹ ਤਾਂ ਗੱਲ ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਕਹੀ ਹੈ। ਹਾਂ, ਬੜੀ ਵਾਰੀ। ਵਿਕਰਮ ਜੀ, ਨਵਾਂ ਕੀ ਸੀ ਫਿਰ? ਉਹਨਾਂ ਨੇ ਉਹਦੇ ਬਾਅਦ ਕਿਹਾ ਕਿ ਪਾਕਿਸਤਾਨ ਕਦੀ ਕੋਈ ਪਹਿਲ ਨਹੀਂ ਕਰੇਗਾ। ਉਹਨਾਂ ਵਿੱਚ ਉਹਨਾਂ ਨੇ ਉਹਦੇ ਜਿਹੜਾ ਸੈਂਟੈਂਸ ਉਹਨਾਂ ਨੇ ਯੂਜ਼ ਕੀਤਾ ਨਾ, ਪਹਿਲ ਨਹੀਂ ਕਰੇਗਾ, ਉਹਦੇ ਵਿੱਚ ਨਿਊਕਲੀਅਰ ਜਾਂ ਪਰਮਾਣੂ ਵਰਡ ਨਹੀਂ ਯੂਜ਼ ਕੀਤਾ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਾਕਿਸਤਾਨ ਕੋਈ ਕੌਨਫਲਿਕਟ ਇੰਡੀਆ ਨਾਲ ਇਨੀਸ਼ੀਏਟ ਨਹੀਂ ਕਰੇ। ਇੰਟਰਪ੍ਰੇਟ ਤਾਂ ਇਹੀ ਕੀਤਾ ਜਾ ਰਿਹਾ ਕਿ ਪੁਰਾਣੂ ਹਮਲੇ ਦੀ ਪਹਿਲ ਨਹੀਂ ਹੋਵੇਗੀ। ਇਹ ਇੰਟਰਪ੍ਰੀਟੇਸ਼ਨ ਗਲਤ ਹੈ ਔਰ ਇੰਟਰਪ੍ਰੀਟੇਸ਼ਨ ਆਈ ਥਿੰਕ ਥੋੜ੍ਹੇ ਬਹੁਤੇ ਜਾਂ ਤਾਂ ਇਗਨੋਰੈਂਟ ਲੋਕ ਨੇ ਜਾਂ ਵੈਸਟਡ ਇੰਟਰਸਟ ਇਨ ਦਾ ਮੀਡੀਆ ਉਹਨੂੰ ਇੰਟਰਪ੍ਰੇਟ ਕਰਨ ਹੈ। ਦੇਖੋ, ਅੱਜ ਪਾਕਿਸਤਾਨ ਨੇ ਕਲੈਰੀਫਾਈ ਕਰਤਾ ਬੜੀ ਕਲੀਅਰਲੀ ਕਿ ਪਾਕਿਸਤਾਨ ਨਿਊਕਲੀਅਰ ਪਾਲਿਸੀ ਵਿੱਚ ਕੋਈ ਚੇਂਜ ਨਹੀਂ ਆਏ ਔਰ ਪਾਕਿਸਤਾਨ ਦੀ ਨਿਊਕਲੀਅਰ ਪਾਲਿਸੀ ਇਜ਼ ਨੋਟ ਓਨਲੀ ਫਸਟ ਯੂਜ਼ ਨਿਊਕਲੀਅਰ ਪਾਲਿਸੀ, ਇਟ ਇਜ਼ ਵੈਰੀ ਅਰਲੀ ਫਸਟ ਯੂਜ਼ ਨਿਊਕਲੀਅਰ ਪਾਲਿਸੀ। ਕਿਉਂ? ਕਿਉਂਕਿ ਪਾਕਿਸਤਾਨ ਦੀ ਇੱਕ ਹੀ ਡਿਫੈਂਸ ਹੈ ਅਗੇਂਸਟ ਇੰਡੀਅਨ ਕਨਵੈਨਸ਼ਨਲ ਮਾਈਟ, ਕਿ ਅਗਰ ਇੰਡੀਆ ਦੀ ਫੋਰਸਿਸ ਜਿਸ ਤਰ੍ਹਾਂ ਇੰਟੈਗਰੇਟਡ ਬੈਟਲ ਗਰੁੱਪਸ ਨੇ ਜਾਂ ਪੈਨੇਟ੍ਰੇਟ ਸਟ੍ਰਾਈਕ ਕੋਰਸ ਨੇ, ਅਗਰ ਉਹ ਪਾਕਿਸਤਾਨ ਵਿੱਚ ਜਾਂਦੇ ਨੇ ਤਾਂ ਪਾਕਿਸਤਾਨ ਨੇ ਓਪਨਲੀ ਕਿਹਾ ਹੈਗਾ ਕਿ ਅਗਰ ਤੁਸੀਂ ਸਾਡੇ ਦੇਸ਼ ਵਿੱਚ ਆਓਗੇ ਤਾਂ ਅਸੀਂ ਟੈਕਟੀਕਲ ਨਿਊਕਲੀਅਰ ਵੈਪਨਸ ਤੁਹਾਡੇ 'ਤੇ ਗੇਰਾਂਗੇ। ਠੀਕ ਹੈ, ਔਰ ਟੈਕਟੀਕਲ ਨਿਊਕਲੀਅਰ ਵੈਪਨਸ, ਪਾਕਿਸਤਾਨ ਇੱਕ ਹੀ ਕੰਟਰੀ ਹੋਗਾ ਪੂਰੀ ਦੁਨੀਆ ਵਿੱਚ ਜੋ ਕਹਿ ਰਿਹਾ ਕਿ ਅਸੀਂ ਆਪਣੀ ਟੈਰੀਟਰੀ 'ਤੇ ਨਿਊਕਲੀਅਰ ਵੈਪਨਸ ਯੂਜ਼ ਕਰਾਂਗੇ। ਸੋ ਉਹਨਾਂ ਦੀ ਕੋਈ ਚੇਂਜ ਨਹੀਂ ਹੈ ਨਿਊਕਲੀਅਰ ਫਸਟ ਯੂਜ਼ ਪਾਲਿਸੀ ਵਿੱਚੋਂ। ਔਰ ਆਈ ਥਿੰਕ ਇਮਰਾਨ ਖਾਨ ਦੀ ਸਟੇਟਮੈਂਟ ਬੜੀ ਕਲੀਅਰ ਹੈ, ਉਹਨਾਂ ਨੇ ਦੋ ਗੱਲਾਂ ਕਹੀਆਂ। ਇੱਕ ਤਾਂ ਨਿਊਕਲੀਅਰ ਪਾਵਰਸ ਨੇ ਦੋਨੋਂ, ਉਹ ਵਰਲਡ ਆਡੀਅੰਸ ਨੂੰ ਏਮਡ ਹੈ ਕਿ ਇੰਡੀਆ ਪਾਕਿਸਤਾਨ ਵਿੱਚ ਇੰਨੀਆਂ ਟੈਨਸ਼ਨਸ ਹੋ ਗਈਆਂ ਓਵਰ ਕਸ਼ਮੀਰ ਔਰ 370 ਦੇ ਉੱਪਰ ਕਿ ਤੁਸੀਂ ਇੰਟਰਵੀਨ ਕਰੋ। ਸੋ ਥੋੜ੍ਹਾ ਜਿਹਾ ਇੰਟਰਵਿਊ ਮੈਂ ਵੀ ਕਰ ਲਵਾਂ ਤੁਹਾਡੇ ਇਸ ਬਿਆਨ ਦੇ ਵਿੱਚ ਵਾਲੇ। ਵਿਕਰਮਜੀਤ, ਕੀ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੇ ਵਿੱਚ ਪਰਮਾਣੂ ਹਮਲਾ, ਨਿਊਕਲੀਅਰ ਪਾਵਰ, ਦੁਨੀਆ, ਇਸ ਦਾ ਜ਼ਿਕਰ ਕਰਨਾ ਬਣਦਾ ਸੀ? ਕੀ ਕਹਿਣਾ ਕੀ ਚਾਹੁੰਦੇ ਇਮਰਾਨ ਖਾਨ? ਟਾਰਗੇਟ ਕੀ ਹੈ ਇਮਰਾਨ ਖਾਨ ਦਾ? ਦੇਖੋ, ਇਮਰਾਨ ਖਾਨ ਨੂੰ ਇੱਕ ਤਾਂ ਇਮੀਜੀਏਟ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਈ ਹੈ ਓਵਰ ਦਾ ਕਨਵਰਸ਼ਨ ਆਫ ਦਿਸ ਸਿੱਖ ਗਰਲ ਜਿਹੜੀ ਜਗਜੀਤ ਕੌਰ ਹੈਗੀ ਹੈ, ਉਹ ਦਿਸ ਗਰਲ ਬਿਕੇਮ ਅ ਪਾਰਟ ਆਫ ਦਾ ਲਾਰਜਰ ਜੀਓਪੋਲਿਟਿਕਸ ਆਫ ਦਾ ਸਬਕੋਂਟੀਨੈਂਟ। ਇੰਡੀਆ ਵਿੱਚ ਐਸੀ ਫੋਰਸਿਸ ਸੀਗੀਆਂ ਜਿਹੜੇ ਸ਼ੁਰੂ ਤੋਂ ਹੀ ਨੈਗੇਟਿਵ ਨੇ ਟੂਵਰਡਸ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਇਨੀਸ਼ੀਏਟਿਵ ਬਾਏ ਪਾਕਿਸਤਾਨ। ਉਹ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ ਕਿ ਪਾਕਿਸਤਾਨ ਇੱਕ ਮੁਸਲਿਮ ਸਿੱਖ ਬ੍ਰਦਰਹੁੱਡ ਦੀ ਕੋਸ਼ਿਸ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਹਿੰਦੂਤਵ ਆਈਡੀਓਲੋਜੀ ਨੂੰ ਕਰਦਾ ਕਿ ਇਹ ਤੁਹਾਨੂੰ ਟਾਰਗੇਟ ਕਰੇਗੀ। ਦੇਖੋ, ਇਮਰਾਨ ਨੇ ਉੱਥੇ ਕਿਹਾ ਹੈਗਾ ਕਿ ਆਫਟਰ ਦਾ ਮੁਸਲਿਮਸ ਇਹ ਦਲਿਤਸ ਨੂੰ ਟਾਰਗੇਟ ਕਰਨਗੇ ਔਰ ਸਿੱਖਸ ਨੂੰ ਵੀ ਟਾਰਗੇਟ ਕਰਨਗੇ। ਠੀਕ ਹੈ ਨਾ? ਸੋ RSS ਦੀ ਜਿਹੜੀ ਇੱਕ ਮੋਨੋਕਲਚਰਲ ਫਿਲੋਸਫੀ ਹੈਗੀ ਹੈ ਉਹ ਸੀਜ਼ ਬਹੁਤ ਪੰਜਾਬ ਵਿੱਚ ਜਿਹੜੀ ਅਫਿਨਿਟੀ ਹੈ, ਯੂ ਨੋ ਦਾ ਕਲਚਰਲ ਅਫਿਨਿਟੀ, ਐਜ਼ ਅ ਚੈਲੇਂਜ ਟੂ ਦੇਅਰ ਮੋਨੋਕਲਚਰਲਿਜ਼ਮ ਜੋ ਇੰਡੀਆ ਵਿੱਚ ਲਿਆਉਣਾ ਚਾਹੁੰਦੇ ਨੇ। ਔਨ ਦੀ ਅਦਰ ਹੈਂਡ, ਪਾਕਿਸਤਾਨ ਦੀ ਵੀ ਇੱਕ ਜੀਓਪੋਲੀਟੀਕਲ ਗੇਮ ਹੈ ਕਿ ਉਹ ਸਿੱਖਸ ਨੂੰ ਇੱਕ ਪੌਨ ਜਾਂ ਇੱਕ ਯੂਜ਼ ਕਰਨਾ ਚਾਹੁੰਦੇ ਨੇ ਫੋਰ ਦੇਅਰ ਪੋਲੀਟਿਕਸ ਐਂਡ ਦੇਅਰ ਇੰਟਰਸਟ ਇਨ ਦੇਅਰ ਕੌਨਫਲਿਕਟ ਵਿਦ ਇੰਡੀਆ। ਠੀਕ ਹੈ ਨਾ? ਉਹ ਇੱਕ ਪ੍ਰੋਕਸੀ ਵਾਰ ਜਿਹੜੀ ਖੇਡ ਰਹੇ ਉਹਦੇ ਵਿੱਚ ਸਿੱਖਸ ਆਰ ਅਗੇਨ ਅ ਵੈਪਨ ਫੋਰ ਪਾਕਿਸਤਾਨ, ਤੋਂ ਪਾਕਿਸਤਾਨ ਐਡਮਿਟ ਨਹੀਂ ਕਰਦਾ ਪਰ ਉਹਨਾਂ ਲਈ ਵੀ ਹੈਗਾ। ਸੋ ਇਹ ਜਿਹੜੀ ਜਗਜੀਤ ਕੌਰ ਜਿਹੜੀ ਗਰਲ ਸੀ ਇਹ ਇੱਕ ਵਾਈਡਰ ਇਸ਼ੂ ਬਣ ਗਿਆ। ਤੁਸੀਂ ਦੇਖੋ, ਦਿੱਲੀ ਵਿੱਚ ਪ੍ਰੋਟੈਸਟ ਹੋਏ ਨੇ ਸਿੱਖ ਬੋਡੀਜ਼ ਨੇ ਕੀਤਾ ਕਿ ਜੀ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਾਕਿਸਤਾਨ ਐਕਚੁਲੀ ਐਂਟੀ ਸਿੱਖ ਹੈ। ਬਿਲਕੁਲ ਧਰਮ ਟਾ, ਬਟ ਇੱਕ ਜਿਹੜਾ ਮੇਨ ਪੁਆਇੰਟ ਹੈ ਇਨ ਜਗਜੀਤ ਕੌਰ ਗਰਲ ਕਿ ਦਿਸ ਗਰਲ, ਜਿਹੜੀ ਐਵੀਡੈਂਸ ਸਾਡੇ ਅੱਗੇ ਹੈ ਉਹ ਇਹ ਹੈ ਕਿ ਦਿਸ ਗਰਲ ਕਨਵਰਟਿਡ ਔਨ ਹਰ ਓਨ, ਸ਼ੀ ਮੈਰਿਡ ਆਫ ਹਰ ਓਨ ਵਿਲ, ਐਂਡ ਬੋਥ ਸਾਈਡ ਸੇ ਆਈ ਵੁੱਡ ਸੇ ਦੇਰ ਆਰ ਪੀਪਲ ਹੂ ਆਰ ਨੋਟ ਐਡਮਿਟਿੰਗ ਦਿਸ ਫੈਕਟ। ਕਿਉਂਕਿ ਅਗਰ ਤੁਸੀਂ ਉਸ ਫੈਕਟ, ਤੁਸੀਂ ਗੱਲ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ, ਬਿਲਕੁਲ ਮੈਂ ਕਹਿ ਰਿਹਾ ਜ਼ਿੰਮੇਵਾਰੀ ਨਾਲ, ਠੀਕ ਹੈ, ਉਸ ਗਰਲ ਇਜ਼ ਬੀਨ ਕੈਟੇਗੋਰੀਕਲੀ ਸੈਡ ਇਟ। ਮੈਂ ਇੱਕ ਛੋਟਾ ਬ੍ਰੇਕ ਲੈਣਾ, ਸਾਰੀ ਐਲੀਗੇਸ਼ਨਸ ਆ ਰਹੀਆਂ ਨੇ ਜੀ ਫੋਰਸਫੁਲੀ ਕਨਵੇ, ਕਿੱਥੇ ਐਵੀਡੈਂਸ ਹੋਦੀ? ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਇੰਟਰਨੈਸ਼ਨਲ ਸਿੱਖ ਕਨਵੈਨਸ਼ਨ, ਇਮਰਾਨ ਖਾਨ ਨੂੰ ਕਿਹੜੀ ਅਟੈਂਸ਼ਨ? ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਹੋਣਗੇ ਜ਼ਰੂਰ। ਇਮਰਾਨ ਖਾਨ ਦਾ ਟਾਰਗੇਟ ਕੀ ਸੀਗਾ ਸਿੱਖ ਕਨਵੈਨਸ਼ਨ ਦੇ ਵਿਚਾਰੇ?
ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਜ਼ਰੀਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਸ ਨੂੰ ਟਾਰਗੇਟ ਕੀਤਾ? ਇਹ ਸਾਰੇ ਸਵਾਲ ਦੇ ਵਿਚਾਲੇ ਇਮਰਾਨ ਖਾਨ ਨੇ 27 ਦਿਨਾਂ ਦੇ ਵਿੱਚ ਨਿਊਕਲੀਅਰ ਹਥਿਆਰਾਂ ਬਾਰੇ, ਨਿਊਕਲੀਅਰ ਪਾਵਰ ਬਾਰੇ, ਨਿਊਕਲੀਅਰ ਅਟੈਕ ਬਾਰੇ ਜੋ ਕੁਛ ਕਿਹਾ ਹੈ ਕਿ ਪਹਿਲਾਂ ਉਹ ਬਿਆਨ ਸੁਣ ਲਈਏ, ਉਸ ਤੋਂ ਬਾਅਦ ਇਸ ਡਿਬੇਟ ਨੂੰ ਅੱਗੇ ਵਧਾਵਾਂਗੇ। ਕਿ ਅਗਰ ਹਮ ਆਖਰੀ ਕਤਰੇ ਤੱਕ ਲੜਾਂਗੇ ਤਾਂ ਉਹ ਕੌਣ ਸੀ ਜੰਗ ਹੋਗੀ? ਉਹ ਜੰਗ ਹੋਗੀ ਜੋ ਕੋਈ ਨਹੀਂ ਜਿੱਤ ਸਕਦਾ। ਸਭ ਹਾਰ ਜਾਏਂਗੇ ਵੋ ਜੰਗ, ਉਸਕੇ ਇੰਪਲੀਕੇਸ਼ਨ ਦੁਨੀਆ ਪੇ ਪੜੇਂਗੇ। ਅਬ ਅਗਲਾ ਸਵਾਲ ਇਹ ਹੈ ਕਿ ਕਿਆ ਇਹ ਮੈਂ ਜਿਸ ਤਰ੍ਹਾਂ ਕਹਤੇ ਨਿਊਕਲੀਅਰ ਬਲੈਕਮੇਲ ਕਰ ਰਹਾ ਹੂੰ? ਮੈਂ ਨਿਊਕਲੀਅਰ ਬਲੈਕਮੇਲ ਨਹੀਂ ਕਰ ਰਹਾ, ਮੈਂ ਕਾਮਨ ਸੈਂਸ ਕੋ ਅਪੀਲ ਕਰ ਰਹਾ ਹੂੰ। ਹੋਪ ਫਾਰ ਦਾ ਬੈਸਟ, ਬੀ ਪ੍ਰਪੇਅਰਡ ਫਾਰ ਦਾ ਵਰਸਟ। ਕਿਆ ਦੁਨੀਆ ਵਰਸਟ ਕੇ ਲੀਏ ਪ੍ਰਪੇਅਰਡ ਹੈ? ਅਗਰ ਇਹ ਦੂਸਰੀ ਤਰਫ ਚਲੀ ਜਾਤੀ ਹੈ ਤੋ ਕਿਆ ਦੁਨੀਆ ਪ੍ਰਪੇਅਰਡ ਹੈ ਇਸਕੇ ਲੀਏ? ਇਸ ਲੀਏ ਯੇ ਟਾਈਮ ਹੈ ਐਕਸ਼ਨ ਲੈਣੇ ਕਾ। ਔਰ ਇਹ ਜੋ ਪਾਕਿਸਤਾਨ ਕੇ ਉੱਪਰ ਆਪਨੇ ਯੇ ਸੋਚਾ ਹੁਆ ਕਿ ਆਜ਼ਾਦ ਕਸ਼ਮੀਰ ਪੇ ਕੁਛ ਹਮੇ ਸਬਕ ਸਿਖਾਨੇ ਕਾ, ਆਪ ਤਿਆਰ ਹੋ ਜਾਏ। ਫਿਰ ਸੇ ਮੈਂ ਕਹਤਾ ਹੂੰ ਕਿ ਆਪਕੀ ਈਂਟ ਕਾ ਜਵਾਬ ਹਮ ਪੱਥਰ ਸੇ ਦੇਂਗੇ, ਔਰ ਆਪਕੋ ਇਨਸ਼ਾਅੱਲਾ ਆਪਕੋ ਵਕਤ ਆ ਗਿਆ ਕਿ ਆਪਕੋ ਇੱਕ ਸਬਕ ਸਿਖਾਏਂਗੇ। ਤੋ ਯਾਦ ਰੱਖੇਂ ਕਿ ਨਿਊਕਲੀਅਰ ਹਥਿਆਰ ਹੈ ਦੋਨੋਂ ਮੁਲਕੋਂ ਕੇ ਪਾਸ, ਔਰ ਜੋ ਨਿਊਕਲੀਅਰ ਜੰਗ ਹੈ ਵੋ ਕੋਈ ਵੀ ਨਹੀਂ ਜੀਤੇਗਾ, ਲੇਕਿਨ ਯੇ ਨਹੀਂ ਕਿ ਯਹਾਂ ਵੀ ਤਬਾਹੀ ਮਚੇਗੀ, ਯੇ ਦੁਨੀਆ ਕੇ ਉੱਪਰ ਇਸਕੇ ਅਸਰ ਜਾਏਂਗੇ। ਆਪਕੋ ਵੀ ਸਭਕੋ ਇਸ ਆਈਡੀਓਲੋਜੀ ਕੇ ਖਿਲਾਫ ਆਵਾਜ਼ ਉਠਾਨੀ ਚਾਹੀਏ, ਕਿਉਂਕਿ ਇਸਕਾ ਸਭਕੋ ਖਤਰਾ ਹੈ। ਔਰ ਫਿਰ ਹਮ ਦੋ ਨਿਊਕਲੀਅਰ ਆਰਮ ਮੁਲਕ ਹੈ, ਅਗਰ ਯੇ ਆਗੇ ਟੈਂਸ਼ਨ ਬੜਤੀ ਹੈ ਤੋ ਦੁਨੀਆ ਕੋ ਖਤਰਾ ਹੈ। ਸਰ ਤੋ ਮੈਨੇ ਆਪਕੇ ਲੀਏ ਸਿਰਫ ਯੇ ਇਸ ਲਈ ਕਹਿ ਰਹਾ ਹੂੰ ਕਿ ਹਮਾਰੀ ਤਰਫ ਸੇ ਕਭੀ ਵੀ ਕੋਈ ਕਿਸੇ ਤਰਫ ਪਹਿਲ ਨਹੀਂ ਹੋਗੀ। ਪਹਿਲਾਂ ਸਾਡਾ ਮੌਜੂਦ ਹੈਗਾ ਵਿਕਰਮਜੀਤ, ਇਹ ਚਾਰ ਬਿਆਨ ਤੁਸੀਂ ਸੁਣੇ ਆ, 7 ਅਗਸਤ, 14 ਅਗਸਤ, 26 ਅਗਸਤ, 2 ਸਤੰਬਰ ਦਾ, ਇਮਰਾਨ ਖਾਨ ਦੀ ਨੀਤੀ ਦੇ ਵਿੱਚ ਕੋਈ ਬਦਲਾਅ ਨਜ਼ਰ ਆਇਆ? ਨਹੀਂ, ਇਮਰਾਨ ਖਾਨ ਇਜ਼ ਕੋਈ ਨੀਤੀ ਵਿੱਚ ਉਹਨਾਂ ਦੀ ਬਦਲਾਅ ਨਹੀਂ ਆਇਆ, ਪਰ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਮਹਿਮੂਦ ਸ਼ਾਹ ਕੁਰੇਸ਼ੀ ਹੈ, ਉਹਨਾਂ ਦੀ ਸਟੇਟਮੈਂਟਸ ਆਰ ਵੇਅਰਿੰਗ ਵਿਦ ਦਾ ਪ੍ਰਾਈਮ ਮਿਨਿਸਟਰ ਸਟੇਟਮੈਂਟਸ ਆਫ ਪਾਕਿਸਤਾਨ। ਫੋਰ ਐਗਜ਼ਾਮਪਲ, ਖੁਰੇਸ਼ੀ ਕਹਿੰਦਾ ਕਿ ਵੀ ਆਰ ਰੈਡੀ ਫੋਰ ਕੰਡੀਸ਼ਨਲ ਟਾਕਸ, ਇਮਰਾਨ ਕਹਿੰਦਾ ਵੀ ਆਰ ਨੋਟ ਰੈਡੀ ਫੋਰ ਐਨੀ ਕਾਇੰਡ ਆਫ ਟਾਕਸ। ਫਿਰ ਖੁਰੇਸ਼ੀ ਕਹਿੰਦਾ ਆਈ ਵੀ ਕੁਰਸੀ ਕੁਰੇਸ਼ੀ ਸਾਹਿਬ ਨੇ ਤਾਂ ਲੈਣੀ ਕਿਤੇ, ਹਾਂ ਹੋ ਸਕਦਾ ਐਂਬੀਸ਼ਨ ਉਹਨਾਂ ਦੀ, ਐਂਡ ਮੇ ਬੀ ਖੁਰੇਸ਼ੀ ਇਜ਼ ਟਰਾਈਂਗ ਟੂ ਸ਼ੋ ਮੋਰ ਰੀਜ਼ਨੇਬਲ ਫੇਸ ਟੂ ਦੀ ਵੈਸਟਰਨ ਗਵਰਨਮੈਂਟਸ ਵਿਚ ਆਰ ਵਾਚਿੰਗ ਦਾ ਸਿਚੁਏਸ਼ਨ ਵੈਰੀ ਕੇਅਰਫੁਲੀ। ਉਹਨਾਂ ਦੇਖ ਰਹੇ ਨੇ ਕਿ ਪਾਕਿਸਤਾਨ ਇੰਡੀਆ ਵਿੱਚ ਕੀ ਟੈਂਸ਼ਨ ਐਸਕਲੇਸ਼ਨ ਕਿਸ ਤਰ੍ਹਾਂ ਜਾਂਦੀ ਹੈ। ਸੋ ਇਮਰਾਨ ਖਾਨ ਦੀ ਸਟੇਟਮੈਂਟਸ ਕਾਫੀ ਕੰਸਿਸਟੈਂਟ ਨੇ, ਬਟ ਪਾਕਿਸਤਾਨ ਨਿਊਕਲੀਅਰ ਫਸਟ ਯੂਜ਼ ਪਾਲਿਸੀ ਇਜ਼ ਕੰਪਲੀਟਲੀ ਅਨਚੇਂਜ, ਕਿਉਂਕਿ ਉਹ ਇਹਨਾਂ ਦੇ ਇੱਕ ਡਾਕਟ੍ਰਿਨਲ ਔਰ ਸਟ੍ਰੈਟੇਜਿਕ ਪਾਲਿਸੀ। ਠੀਕ ਹੈ, ਤੁਹਾਡੇ ਕੋਲ ਬਾਅਦ 'ਚ ਕਲੈਰੀਫਿਕੇਸ਼ਨ ਵੀ ਆਈ ਹੈ ਇਸ ਮੁੱਦੇ 'ਤੇ। ਗੁਰਪ੍ਰੀਤ ਸਿੰਘ ਜੀ, ਹੁਣ ਸਵਾਲ ਤੁਹਾਡੇ ਤੋਂ ਕਰਨਾ ਚਾਹੁੰਦਾ, ਗੁਰਪ੍ਰੀਤ ਸਿੰਘ ਜੀ ਤੁਹਾਨੂੰ ਸੱਦਾ ਆਇਆ ਸੀਗਾ, ਕਿੰਨੇ ਸੱਦਾ ਭੇਜਿਆ ਸੀਗਾ, ਤੁਸੀਂ ਗਏ ਕਿਉਂ ਨਹੀਂ? ਸੱਦਾ ਮੈਨੂੰ ਜੀ ਰਾਊਂਡ ਵੇ ਫੈਸ਼ਨ ਨਾਲ ਆਇਆ। ਮੈਂ ਪਿਛਲੇ 26 ਤਰੀਕ ਨੂੰ ਮੈਂ ਡੇਰਾ ਬਾਬਾ ਨਾਨਕ ਗਿਆ ਸੀਗਾ, ਤੂੰ ਉੱਥੇ ਮੀਟਿੰਗ ਸੀਗੀ, ਅਤੇ ਵਾਪਸੀ 'ਤੇ ਆਉਂਦਿਆਂ ਹੋਇਆ ਮੈਨੂੰ ਮੇਰਾ ਛੋਟਾ ਵੀਰ ਹੈਗਾ ਇੱਥੇ, ਪਰਮਜੀਤ ਸਿੰਘ ਗਾਜ਼ੀ, ਸਿੱਖ ਸਿਆਸਤ ਦੇ ਨਾਲ, ਅਤੇ ਉਹਨੇ ਮੈਨੂੰ ਫੋਨ ਕਰਤਾ, ਮੈਂ ਗੱਡੀ 'ਚ ਹੀ ਸੀਗਾ, ਕਿ ਜੀ ਭਾਅ ਜੀ ਤੁਹਾਨੂੰ ਤੁਸੀਂ ਲਾਹੌਰ ਚੱਲੇ ਹੋ? ਮੈਂ ਕਿਹਾ ਭਾਈ ਮੈਨੂੰ ਤਾਂ ਇਹਦੇ ਬਾਰੇ ਫਸਟ ਟਾਈਮ ਆਮ ਹੀਅਰਿੰਗ ਅਬਾਊਟ ਇਟ, ਕੀ ਹੈ ਵੀ? ਕਹਿੰਦੀ ਤੁਹਾਡਾ ਨਾਂ ਲਿਸਟ 'ਤੇ ਹੈਗਾ। ਮੈਂ ਕਿਹਾ ਫਿਰ ਲਿਸਟ 'ਤੇ ਹੋਏਗਾ, ਬਟ ਅੱਛਾ, ਉਹਨੇ ਮੈਨੂੰ ਕੋਈ ਡੇਟ ਵੀ ਨਹੀਂ ਦੱਸੀ ਵੈਸੇ। ਮੈਂ ਕਿਹਾ ਤੂੰ ਮੈਨੂੰ ਨਾ ਲਿਸਟ ਭੇਜ ਦੇਈਂ। ਉਹ ਅਗਲੇ 27 ਤਰੀਕ ਨੂੰ ਮੈਂ ਕਿੱਥੇ ਬਿਜ਼ੀ ਹੋ ਗਿਆ, ਉਹਨੇ ਨਹੀਂ ਭੇਜੀ। ਉਹ ਫਿਰ 28 ਨੂੰ ਮੈਂ ਉਹਨੂੰ ਫੋਨ ਕੀਤਾ, ਉਹਨੇ ਕੋਈ ਗਲਤ ਈਮੇਲ ਐਡਰੈਸ 'ਤੇ ਸਾਡੇ ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਦੇ ਉੱਥੇ ਭੇਜਤਾ ਸੀਗਾ। ਫਿਰ ਮੈਂ ਆਪਣਾ ਪਰਸਨਲ ਦਿੱਤਾ, ਉਹਨੇ ਭੇਜਿਆ, ਅਤੇ ਮੈਂ ਦੇਖਿਆ ਨਾ ਤਾਂ ਸੀਗਾ, ਬਤੌਰ ਇਸ ਲਈ ਹੋਣਾ ਕਿਉਂਕਿ ਆਈ ਐਮ ਪ੍ਰੈਜ਼ੀਡੈਂਟ ਆਫ ਗਲੋਬਲ ਸਿੱਖ ਕਾਊਂਸਲ, ਸਾਡੇ ਸੈਕਟਰੀ ਸਾਹਿਬ ਦਾ ਵੀ ਨਾਂ ਫਰੋਮ ਸਵਿਟਜ਼ਰਲੈਂਡ ਸੀਗਾ, ਗੁਰਦੀਪ ਸਿੰਘ ਹੋਰਾਂ ਦਾ। ਸੋ ਮੈਂ ਕਿਹਾ ਮੇ ਬੀ ਬਿਕੋਜ਼ ਆਫ ਦੈਟ, ਐਂਡ ਆਫਕੋਰਸ ਜੇ ਅਗਰ ਬਾਬੇ ਨਾਨਕ ਦੀ ਗੱਲ ਹੋ ਰਹੀ ਹੈ, ਕਿੱਥੇ ਵੀ ਹੋ ਰਹੀ ਹੈ ਦੁਨੀਆ ਦੇ ਵਿੱਚ, ਸਾਡਾ ਜਾਣਾ ਫਰਜ਼ ਬਣਦਾ ਵੀ ਰਿਪ੍ਰੈਜ਼ੈਂਟ ਗਲੋਬਲ ਸਿੱਖ ਕਾਊਂਸਲ। ਸੋ ਡੈਫੀਨੇਟਲੀ, ਬਟ ਜਦੋਂ ਮੈਂ ਦੇਖਿਆ ਕਿ ਵੀ ਮੈਂ ਕਿਹਾ ਯਾਰ ਇਹ ਸਾਰਾ ਕੁਛ, ਦੈਨ ਆਏ ਕਾਲਡ ਅਪ ਸਰਨੇ ਦੋਨੋਂ, ਪਰਮਜੀਤ ਸਰਨਾ ਜੀ ਦਾ ਅਤੇ ਆਪਣੇ ਹਰਵਿੰਦਰ ਜੀ ਦਾ ਵੀ ਨਾਂ ਸੀਗਾ। ਸੋ ਆਈ ਕਾਲਡ ਅਪ ਹਰਵਿੰਦਰ ਜੀ, ਮੈਂ ਕਿਹਾ ਜੀ ਤੁਸੀਂ ਤੁਹਾਡਾ ਨਾਂ ਇੱਥੇ ਲਿਖਿਆ, ਐਂਡ ਆਰ ਯੂ ਗੋਇੰਗ? ਹਿਸਾ ਜੀ ਮੈਨੂੰ ਵੀ ਕੁਛ ਨਹੀਂ ਪਤਾ, ਮੈਨੂੰ ਨਹੀਂ ਪਤਾ। ਫਿਰ ਇੱਥੇ ਆਪਣੇ ਲੁਧਿਆਣੇ ਹੈਗੇ ਜਗਮੋਹਨ ਜੀ, ਉਹਨਾਂ ਨਾਲ ਗੱਲ ਕੀਤੀ, ਉਹ ਵੀ ਕਹਿੰਦੇ ਜੀ ਅਸੀਂ ਗਏ ਸੀਗੇ ਕੱਲ੍ਹ ਦਿੱਲੀ, ਅਸੀਂ ਉੱਥੇ ਪਾਸਪੋਰਟ ਦੇ ਕੇ ਆਏ ਹਾਂ, ਸਾਨੂੰ ਕਿਹਾ ਜੀ 2 ਦਿਨ ਮਗਰੋਂ ਆਓ ਜੀ, ਤੁਹਾਡਾ ਵੀਜ਼ਾ ਲੱਗੇਗਾ, NOC ਚਾਹੀਦਾ, ਦਿਸ ਦੈਟ ਐਂਡ ਦੀ ਅਦਰ। ਹੁਣ ਇਹ 28 ਤਰੀਕ ਸਵੇਰ ਦੀ ਗੱਲ ਹੈ, 31 ਨੂੰ ਇਹ ਸ਼ੁਰੂ ਹੋਣਾ। ਸੋ ਮੈਂ ਕਿਹਾ ਓਬਵੀਅਸਲੀ ਟਾਈਮ ਇਜ਼ ਨੋਟ ਦੇਅਰ, ਐਂਡ ਆਲਸੋ ਆਈ ਫੈਲਟ ਸਲਾਈਟਡ ਕਿ ਵੀ ਆਈ ਐਮ ਗੈਟਿੰਗ ਦਿਸ ਇਨਫੋਰਮੇਸ਼ਨ ਥਰੂ ਅ ਥਰਡ ਸੋਰਸ, ਜਿਹਨੂੰ ਆਲਰੇਡੀ ਇਹ ਇਤਲਾਹ ਆ ਚੁੱਕੀ ਹੈ, ਮੈਨੂੰ ਕੋਈ ਡਾਇਰੈਕਟ ਇਨਫੋਰਮੇਸ਼ਨ ਨਹੀਂ ਆਈ, ਵਾਟ ਇਜ਼ ਦੀ ਕਾਨਫਰੰਸ ਔਨ, ਵਾਟ ਇਜ਼ ਹੈਪਨਿੰਗ, ਵਾਟ ਉੱਥੇ ਹੋਣਾ ਕੀ ਹੈ। ਇਸ ਲਈ ਨਹੀਂ ਗਏ ਤੁਸੀਂ? ਬਿਲਕੁਲ,
ਔਨ ਦੈਟ ਬੇਸਿਸ ਬਿਕੋਜ਼ ਲਾਈਕ ਜਦੋਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈ ਆਈ ਡੋਂਟ ਮਾਈਂਡ ਗੋਇੰਗ ਐਨੀਵੇਅਰ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ 550 ਸਾਲ ਤੁਸੀਂ ਉੱਥੇ ਹੁੰਦੇ ਗੁਰਪ੍ਰੀਤ ਸਿੰਘ ਹਾਂਜੀ ਜੋ ਗੱਲਾਂ ਇਮਰਾਨ ਖਾਨ ਨੇ ਉੱਥੇ ਕਹੀਆਂ ਕੀ ਤੁਸੀਂ ਸੁਣਦੇ ਉਹਨਾਂ ਨੂੰ ਬਹਿ ਕੇ ਦੇਖੋ ਜੀ ਮੈਂ ਉਹਦੇ ਖਿਲਾਫ ਕੁਛ ਬੋਲ ਇਨ ਬਿਟਵੀਨ ਕੀ ਗੱਲ ਹੋਈ ਹੈ ਕਿ ਉਹ ਤੋਂ ਬਾਅਦ 30 ਤਰੀਕ ਨੂੰ ਆਹ ਜਿਹੜੀ ਗੱਲ ਹੋ ਗਈ ਬੀਬਾ ਜਗਜੀਤ ਕੌਰ ਦੀ ਜਿਹੜੀ ਗੱਲ ਹੋਈ ਹੈ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਰੋਸ਼ ਮੈਂ ਉਸ ਦਿਨ ਵੀ ਮੈਨੂੰ ਕਿਸੇ ਟੀ ਵੀ ਚੈਨਲ ਨੇ ਸੱਦਿਆ ਸੀਗਾ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਹਾਲੇ ਇਹਦੀ ਪੂਰੀ ਛਾਣਬੀਨ ਕਰ ਲਵਾਂ ਬਿਕਰਮਜੀਤ ਨੇ ਹੀ ਹੈਜ਼ ਗਿਵਨ ਅ ਡਿਫਰੈਂਟ ਐਂਗਲ ਟੂ ਇਟ ਅਸੀਂ ਛਾਣਬੀਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਵੀ ਗੱਲ ਜੈਨੂਅਨ ਹੈ ਅਸੀਂ ਉਸੇ ਦਿਨ GSC ਨੇ ਇਮਰਾਨ ਖਾਨ ਨੂੰ ਇੱਕ ਚਿੱਠੀ ਕੱਟਤੀ ਸੀਗੀ ਔਨ ਦੈਟ ਨਾਈਟ ਓਨਲੀ ਇਟ ਸੈਲਫ ਕਿ ਵੀ ਇਹ ਬਿਲਕੁਲ ਗਲਤ ਹੋਇਆ ਬੀਬਾ ਸ਼ੁੱਡ ਬੀ ਸੈਂਟ ਬੈਕ ਟੂ ਅਰ ਹੋਮ ਬਾਏ ਇੱਜ਼ਤ ਬਿਕੋਜ਼ ਇਹ ਕੰਮ ਨਹੀਂ ਹੋਣਾ ਚਾਹੀਦਾ ਅੱਛਾ ਅਗਲੇ ਦਿਨ ਐਜ਼ ਇਟ ਹੈਪਨਸ ਲਿਵਿੰਗ ਇੰਡੀਆ ਵਾਲਿਆਂ ਨੇ ਮੈਨੂੰ ਸੱਦ ਲਿਆ 4 ਵਜੇ ਵਾਲੀ ਡਿਬੇਟ 'ਤੇ ਤਾਂ ਮੈਂ ਗਿਆ ਉੱਥੇ ਜਾ ਕੇ ਜਦੋਂ ਉਹ ਗੱਲ ਹੋ ਰਹੀ ਸੀਗੀ ਫਿਰ ਪਤਾ ਲੱਗਿਆ ਕਿ ਬਈ ਇੱਕ ਬਾਈਟ ਆਈ ਹੈ ਫਰੋਮ ਏ ਪ੍ਰੋਫੈਸਰ ਇਨ GC ਯੂਨੀਵਰਸਿਟੀ ਇਨ ਲਾਹੌਰ ਜਿਹਦੇ ਵਿੱਚ ਉਹ ਆਪ ਕਹਿੰਦਾ ਕਿ ਜੀ ਹਾਂਜੀ ਫੋਰਸ ਕਨਵਰਜ਼ਨਸ ਹੋ ਰਹੀਆਂ ਨੇ ਪਾਕਿਸਤਾਨ 'ਚ ਹੁੰਦੀਆਂ ਨੇ ਤਾਂ ਹੋ ਰਹੀਆਂ ਨੇ ਤੁਸੀਂ ਉੱਥੇ ਹੁੰਦੇ ਤੁਸੀਂ ਕੀ ਕਹਿੰਦੇ ਮੇਰਾ ਸਵਾਲ ਬੜਾ ਸਿੰਪਲ ਹੈ ਮੈਂ ਉੱਥੇ ਇਮਰਾਨ ਖਾਨ ਸਾਹਿਬ ਨੇ ਉੱਥੇ ਘੱਟ ਕੀਤੇ ਦਾ ਮੁੱਦਾ ਚੁੱਕਿਆ ਕਸ਼ਮੀਰ ਦੀ ਗੱਲ ਕੀਤੀ ਹੈ ਫਸਟਲੀ ਪੋਜੀਸ਼ਨ ਇਹ ਆ ਜਾਣੀ ਸੀਗੀ ਕਿ ਆਈ ਵੁੱਡ ਨਾਟ ਹੈਵ ਗੋਨ ਬਿਕੋਜ਼ ਆਫ ਦਿਸ ਇੰਸੀਡੈਂਟ ਆਈ ਵੁੱਡ ਹੈਵ ਕੈਨਸਲਡ ਈਵਨ ਇਫ ਆਈ ਹੈਡ ਅ ਵੈਲਿਡ ਵੀਜ਼ਾ ਨੰਬਰ 1 ਨੰਬਰ 2 ਜੇ ਮੈਂ ਉੱਥੇ ਹੁੰਦਾ ਆਈ ਵੁੱਡ ਹੈਵ ਲਿਸਨ ਟੂ ਵਾਟ ਹੀ ਇਜ਼ ਸੇਇੰਗ ਕਿ ਵੀ ਨੋ ਫਸਟ ਯੂਜ਼ ਪਾਲਿਸੀ ਜਿੱਦਾਂ ਵਿਕਰਮ ਨੇ ਕਿਹਾ ਇਹ ਹਮੇਸ਼ਾ ਹੀ ਇਹ ਬਿਆਨ ਇਮਰਾਨ ਖਾਨ ਦਾ ਰਿਹਾ ਹੈ ਕਿ ਵੀ ਵੀ ਆਰ ਬੋਥ ਨਿਊਕਲੀਅਰ ਸਟੇਟਸ ਇਟ ਇਜ਼ ਨਾਟ ਇਨ ਦ ਇੰਟਰਸਟ ਆਫ ਐਨੀਬਡੀ ਟੂ ਗੋ ਟੂ ਵਾਰ ਠੀਕ ਹੈ ਨਾ ਬਿਕੋਜ਼ ਇਵੈਂਚੁਅਲੀ ਦੇਖੋ ਜਿਹੜਾ ਉਹਨਾਂ ਨੇ ਕਿਹਾ RSS ਤੋਂ ਸਿੱਖਣ ਨੂੰ ਖਤਰਾ ਹਾਂਜੀ RSS ਤੋਂ ਸਿੱਖਣ ਨੂੰ ਖਤਰਾ ਦੇਖੋ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਅਗਰ ਉਹਨਾਂ ਨੇ ਗੱਲ ਕੀਤੀ ਹੈ RSS ਨੂੰ ਸਿੱਖਾਂ ਨੂੰ ਖਤਰਾ ਮੈਂ ਕਿਹਾ ਜਿੱਥੇ ਵੀ ਘੱਟ ਗਿਣਤੀ ਵਾਲੇ ਬੰਦੇ ਨੇ ਅਗਰ ਜਿਹੜੀ ਮੈਜੋਰਿਟੇਰੀਅਨ ਵਾਲੇ ਬੰਦੇ ਨੇ ਅਗਰ ਉਹਨਾਂ ਦੇ ਉੱਤੇ ਧੱਕਾ ਕਰਦੇ ਨੇ ਤੇ ਸਾਨੂੰ ਉੱਥੇ ਖੜ ਕੇ ਦੇਖੋ ਸਿੱਖਾਂ ਨੇ ਗੁਰਪ੍ਰੀਤ ਸਿੰਘ ਜੀ ਜਵਾਬ ਬੜਾ ਜਵਾਬ ਸਿੱਧਾ ਦੋ ਜੇ ਦੇ ਸਕਦੇ ਜਵਾਬ ਨਹੀਂ ਤਾਂ ਪਾਸ ਆਨ ਕਰ ਦੋ ਮੈਂ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਜੇ ਇਮਰਾਨ ਖਾਨ ਉੱਥੇ ਕਹਿ ਰਹੇ ਕਿ RSS ਤੋਂ ਸਿੱਖਾਂ ਨੂੰ ਖਤਰਾ ਹੈਗਾ ਕਿ ਗੁਰਪ੍ਰੀਤ ਸਿੰਘ ਉੱਥੇ ਬਿਆਨ ਸੁਣਦੇ ਰਹਿੰਦੇ ਜਾਂ ਗੁਰਪ੍ਰੀਤ ਸਿੰਘ ਇਸ ਬਿਆਨ ਨਾਲ ਸਹਿਮਤ ਹੈਗੇ ਮੈਂ ਇਸ ਬਿਆਨ ਨਾਲ ਕੁਝ ਹੱਦ ਤੱਕ ਸਹਿਮਤ ਹੈਗਾ ਕਿ ਵੀ ਵਾਕਈ ਅੱਜ ਦੀ ਜਿਹੜੀ ਸਥਿਤੀ ਚੱਲ ਰਹੀ ਹੈ ਘੱਟ ਗਿਣਤੀ ਵਾਲਿਆਂ ਨੂੰ ਇਹ ਸ਼ੰਕਾ ਹੈ ਕਿ ਵੀ ਇੱਥੇ ਜਿਹੜਾ ਲਾਰਜਰ ਪਲਾਨ ਹੈਗਾ ਹਿੰਦੂਤਵਾ ਦਾ ਉਹਦੇ ਤੋਂ ਸਾਨੂੰ ਸ਼ੰਕਾ ਹੈ ਕਿ ਵੀ ਦੇਰ ਇਜ਼ ਏ ਪੋਸੀਬਿਲਿਟੀ ਕਿ ਜਿਹੜਾ ਮੈਜੋਰਿਟੇਰੀਅਨ ਜਿਹੜਾ ਆਪਣਾ ਦਬਾਅ ਹੈ ਉਹ ਮਨੋਰਿਟੀਜ਼ ਉੱਤੇ ਦਬਾਇਆ ਜਾ ਰਸਮਜੀਤ ਸਿੰਘ ਤੁਸੀਂ ਇਸ ਬਿਆਨ ਦੇ ਮਤਲਬ ਕੀ ਕਹਿਣਾ ਚਾਹੋਗੇ ਜੋ ਇਮਰਾਨ ਖਾਨ ਨੇ ਉੱਥੇ ਬਿਆਨ ਦਿੱਤੇ ਆ ਪਹਿਲਾ ਸਵਾਲ ਮੇਰਾ ਇਹ ਹੈਗਾ ਕਿ ਇਮਰਾਨ ਖਾਨ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਜ਼ਿਕਰ ਉੱਥੇ ਕਰਨਾ ਚਾਹੀਦਾ ਸੀ ਇਹ ਉਹਨਾਂ ਦੀ ਸਿਆਣਪ ਹੈ ਜਾਂ ਚਲਾਕੀ ਹੈ ਨਹੀਂ ਮੇਰਾ ਖਿਆਲ ਹੈ ਕਿ ਦੇਖੋ ਪਹਿਲੀ ਗੱਲ ਤਾਂ ਤੁਸੀਂ ਆਪਾਂ ਸਾਰੀ ਗੱਲ ਨੂੰ ਪਰਸਪੈਕਟਿਵ 'ਚ ਦੋ ਤਿੰਨ ਗੱਲਾਂ ਦੇਖੀਏ ਇੱਕ ਤਾਂ ਤੁਹਾਨੂੰ ਯਾਦ ਹੋਣਾ ਕਿ ਸਾਡੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ G7 'ਤੇ ਗਏ ਤਾਂ ਉੱਥੇ ਉਹਨਾਂ ਨੇ ਇਹ ਬਿਆਨ ਬਿਲਕੁਲ ਕਸ਼ਮੀਰ ਬਾਰੇ ਨਹੀਂ ਕੋਈ ਗੱਲ ਕਹੀ ਹੋਰ ਨਹੀਂ ਕਹੀ ਉਹਨਾਂ ਸਿੱਧਾ ਕਿਹਾ ਅਸੀਂ ਗਰੀਬ ਦੇਸ਼ ਹਾਂ ਸਾਡੇ 'ਚ ਬੜੀ ਪਾਵਰਟੀ ਆ ਅਨਪੜ੍ਹਤਾ ਆ ਅਸੀਂ ਇੱਕ ਦੂਜੇ ਨਾਲ ਮਿੱਤਰ ਬਣ ਕੇ ਪਿਆਰੇ ਬਣ ਕੇ ਰਹੀਏ ਔਰ ਸਾਨੂੰ ਆਪਣੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਇਹ ਬਿਆਨ ਉਹਨਾਂ ਦਾ ਆਪਣਾ ਬਿਆਨ ਨਹੀਂ ਸੀ ਨਰੋਲ ਇੰਡੀਪੈਂਡੈਂਟ ਰਾਦਰ ਜਿਨ੍ਹਾਂ ਨਾਲ ਹੱਥ ਮਿਲਾਉਂਦੇ ਸੀ ਟਰੰਪ ਐਂਡ ਆਲ ਪਾਰਟੀ ਉਹਨਾਂ ਸਾਰਿਆਂ ਨੇ ਕਿਹਾ ਕਿ ਕਿਤੇ ਲੜਾਈ ਨਾ ਲਾ ਲਿਓ ਬੜੀ ਮਹਿੰਗੀ ਪੈ ਸਕਦੀ ਹੈ ਉਹ ਇਹ ਲਗਾਤਾਰ ਬਿਲਕੁਲ ਗੱਲ ਠੀਕ ਹੈ ਇਸੇ ਤਰੀਕੇ ਨਾਲ ਬਿਆਨ ਇਮਰਾਨ ਦੇ ਆ ਰਹੇ ਆ ਨਾਲੋ ਨਾਲ ਇਹ ਵੀ ਕਹੀ ਜਾਂਦਾ ਆ ਕਿ ਅਸੀਂ ਕਰਾਂਗੇ ਦੁਨੀਆ ਨੂੰ ਡਰਾ ਵੀ ਰਿਹਾ ਜਦੋਂ ਉਹ ਇਹਨੂੰ ਕਹਿੰਦੇ ਆ ਤਾਂ ਫਿਰ ਇਹ ਬਿਆਨ ਦੂਜੇ ਪਾਸੇ ਨੂੰ ਵੀ ਲੈ ਕੇ ਚਲੇ ਜਾਂਦੇ ਆ ਕਿ ਨਹੀਂ 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 ਅਸੀਂ ਨੋ ਫਸਟ ਯੂਜ਼ ਹੋਊਗਾ ਕੋਈ ਨਹੀਂ ਉਹ ਇਹ ਉਹਨਾਂ ਨੂੰ ਕਹਿ ਰਿਹਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਭਰੋਸਾ ਦੇ ਰਿਹਾ ਨਾਲ ਇੰਡੀਆ ਬਾਰੇ ਇਹ ਕਹਿ ਰਿਹਾ ਇੱਥੋਂ ਦੇ ਦੂਜੀ ਗੱਲ ਜਿਹੜੀ ਘੱਟ ਬੜੀ ਅਫਸੋਸ ਦੀ ਗੱਲ ਹੈ KP ਸਿੰਘ ਕਿ ਇੰਨਾ ਚਿਰ ਆਜ਼ਾਦ ਹੋਇਆਂ ਨੂੰ ਹੋ ਗਿਆ ਉਹ ਵੀ ਆਪਣੇ ਆਪ ਨੂੰ ਜਿਹੋ ਜਿਹੀ ਵੀ ਟੁੱਟੀ ਭੱਜੀ ਡੈਮੋਕ੍ਰੇਸੀ ਕਹਿੰਦੇ ਭਾਵੇਂ ਇਸਲਾਮਿਕ ਸਟੇਟ ਹੈਗੀ ਆ ਸਾਡੀ ਤਾਂ ਡੈਮੋਕ੍ਰੇਸੀ ਸੈਕੂਲਰ ਡੈਮੋਕ੍ਰੇਸੀ ਸੋਸ਼ਲਿਸਟਿਕ ਰਿਪਬਲਿਕ ਜੇ ਉਹ ਸਾਰਾ ਕੁਝ ਅਸੀਂ ਕਹਿੰਦੇ ਹਾਂ ਉਹਦੇ ਬਾਵਜੂਦ ਵੀ ਰਾਜਨੀਤੀ ਅਸੀਂ ਕੀ ਕਰ ਰਹੇ ਹਾਂ ਘੱਟ ਗਿਣਤੀ ਵਰਸਸ ਬਹੁ ਗਿਣਤੀ ਇੱਥੇ RSS ਦੇ ਏਜੰਡੇ ਦੇ ਉੱਤੇ 24 ਘੰਟੇ ਗੱਲਾਂ ਘੱਟ ਗਿਣਤੀ ਬਹੁ ਗਿਣਤੀ ਦੀ ਹੋਈ ਜਾਂਦੀਆਂ ਉੱਥੇ ਸਿੱਖ ਘੱਟ ਗਿਣਤੀਆਂ ਅਤੇ ਹੋਰ ਜਿਹੜੀਆਂ ਹਿੰਦੂ ਘੱਟ ਗਿਣਤੀਆਂ ਜਾਂ ਜਿਹੜੀਆਂ ਬਾਕੀ ਘੱਟ ਗਿਣਤੀਆਂ ਆ ਇਨਕਲੂਡਿੰਗ MQM ਜਿਹੜੇ ਆ ਇੱਥੋਂ ਗਏ ਹੋਏ ਉਹਨਾਂ ਨੂੰ ਨਹੀਂ ਕੋਈ ਮੁਹਾਜ਼ਿਰ ਨੂੰ ਕੋਈ ਉੱਥੇ ਕਰਦਾ ਉੱਥੇ ਇਹ ਲੜਾਈ ਚੱਲੀ ਦੋਵੇਂ ਸਰਕਾਰਾਂ ਆਪਣੀ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਬੜਾ ਸੋਹਣਾ ਇਹ ਇਹਨਾਂ ਨੂੰ ਇੱਕ ਮਿਲ ਗਏ ਏਜੰਡੇ ਮਿਲ ਗਏ ਆ ਉਹ ਉੱਧਰ ਕਰੀ ਜਾਂਦੇ ਉਹ ਇੱਧਰ ਕਰੀ ਜਾਂਦੇ ਆ ਔਰ ਆਮ ਜਨਤਾ ਜਿਨ੍ਹਾਂ ਦੀਆਂ ਗੱਲਾਂ ਇੱਧਰ 5% ਕ੍ਰੈਸ਼ ਹੋ ਗਿਆ ਅੱਜ 500 ਪੁਆਇੰਟ ਸਾਡੀ ਬੰਬੇ ਐਕਸਚੇਂਜ ਦੇ ਉੱਤੇ ਸ਼ੇਅਰ ਮਾਰਕੀਟ ਕ੍ਰੈਸ਼ ਹੋ ਗਈ 500 ਪੁਆਇੰਟ ਔਰ 72.31 ਡਾਲਰ ਦੀ ਕੀਮਤ ਆ ਗਈ ਆ ਇਹਨੂੰ ਤਾਂ ਐਡਰੈਸ ਨਹੀਂ ਕਰ ਰਹੇ ਕਸ਼ਮੀਰ ਇੱਧਰ ਉੱਧਰ ਪਾਕਿਸਤਾਨ ਕੋਈ ਵੀ ਇਹੋ ਜਿਹੀ ਗੱਲ ਆ ਜਾਵੇ ਉੱਧਰ ਰੌਲਾ ਚੈਨਲ ਵੀ ਉੱਧਰ ਰੌਲਾ ਇਸ ਕਰਕੇ ਜਿਹੜੀਆਂ ਅਸਲੀ ਗੱਲਾਂ ਉਹਦੇ ਤੋਂ ਮੁੱਦੇ ਤੋਂ ਹਟਾਉਣ ਲਈ ਇਹ ਸਾਰਾ ਕੁਝ ਕੈਮੋਫਲੇਜ ਕੀਤਾ ਜਾ ਰਿਹਾ ਉਹ ਇੱਥੇ ਦੀਆਂ ਘੱਟ ਗਿਣਤੀਆਂ ਬਾਰੇ ਕਰਦੇ ਅਸੀਂ
ਆਪਣੀਆਂ ਉੱਥੇ ਦੀਆਂ ਘੱਟ ਗਿਣਤੀਆਂ ਬਾਰੇ ਗੱਲਾਂ। ਠੀਕ ਹੈ, ਬਹੁਤ ਬਹੁਤ ਅਹਿਮ ਪੁਆਇੰਟ ਤੁਸੀਂ ਚੱਕਿਆ ਹੈਗਾ। ਬ੍ਰੇਕ ਤੋਂ ਵਾਪਸ ਆਵਾਂਗੇ। ਇੰਟਰਨੈਸ਼ਨਲ ਕਨਵੈਨਸ਼ਨ ਇਮਰਾਨ ਨੂੰ ਕਿਹੜੀ ਟੈਨਸ਼ਨ ਹੈ? ਟੈਨਸ਼ਨ ਤਾਂ ਦੋਨਾਂ ਮੁਲਕਾਂ ਵਿੱਚ ਹੈ ਕਿ ਇਕੋਨਮੀ 'ਤੇ। ਜਦੋਂ ਇਕੋਨਮੀ ਟੈਨਸ਼ਨ ਹੋਵੇ ਤਾਂ ਉਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਘੱਟ ਗਿਣਤੀ ਅਤੇ ਬਹੁ ਗਿਣਤੀ ਵਾਲੀਆਂ, ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ। ਪ੍ਰੋਫੈਸਰ ਮਨਜੀਤ ਸਿੰਘ ਗੱਲ ਕਹਿ ਰਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਸੰਜੀਦਾ ਬਹਿਸ ਨੂੰ ਅੱਗੇ ਤੁਰਿਆ ਜਾਵੇ। ਬ੍ਰੇਕ ਤੋਂ ਵਾਪਸ ਆ, ਕੁਝ ਹੋਰ ਸਵਾਲ ਹੋਣਗੇ ਜ਼ਰੂਰ। ਸਵਾਲ ਇੱਕ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਜ਼ਰੀਏ ਪਾਕਿਸਤਾਨ ਦੇ ਪੀ ਐੱਮ ਇਮਰਾਨ ਖਾਨ ਨੇ ਕਿਸ ਨੂੰ ਟਾਰਗੇਟ ਕੀਤਾ? ਗਰੇਵਾਲ ਸਾਹਿਬ, ਸੰਘ ਇਮਰਾਨ ਖਾਨ ਦੇ ਨਿਸ਼ਾਨੇ 'ਤੇ ਕਿਉਂ ਹੈ? ਇਹਦਾ ਮਤਲਬ ਸੰਘ ਵਿੱਚ ਕੁਝ ਕਮੀਆਂ ਹੈਗੀਆਂ ਜਿਹਦੇ ਕਰਕੇ ਸੰਘ ਹੈ ਜਿਹੜਾ ਇਮਰਾਨ ਖਾਨ ਦੇ ਨਿਸ਼ਾਨੇ 'ਤੇ ਰਹਿੰਦਾ। ਤੁਸੀਂ ਇਮਰਾਨ ਖਾਨ ਦਾ ਜਵਾਬ ਦੇਣਾ ਪਸੰਦ ਨਹੀਂ ਕਰੋਗੇ ਗਰੇਵਾਲ ਸਾਹਿਬ, ਪਰ ਇੱਥੇ ਬੈਠੇ ਗਲੋਬਲ ਸਿੱਖ ਕੌਂਸਲ ਦੇ ਗੁਰਪ੍ਰੀਤ ਸਿੰਘ ਗੱਲ ਕਹਿ ਰਹੇ ਹੈਗੇ ਆ ਸਾਨੂੰ ਵੀ ਕਿਤੇ ਨਾ ਕਿਤੇ ਖਤਰਾ ਲੱਗਦਾ ਹੈਗਾ। ਗੁਰਪ੍ਰੀਤ ਸਿੰਘ ਹਰਾਂ ਦਾ ਜਵਾਬ ਦੇ, ਇਮਰਾਨ ਖਾਨ ਦਾ ਦੇਣਾ ਨਹੀਂ ਦੇਣਾ ਤੁਹਾਡੀ ਮਰਜ਼ੀ। ਇਸ ਤਰ੍ਹਾਂ ਪਹਿਲੀ ਗੱਲ ਤਾਂ ਰਾਸ਼ਟਰੀ ਸਵੰਮ ਸੇਵਕ ਸੰਘ ਜਿਹੜਾ ਉਸ ਤੋਂ ਇਸ ਕਰਕੇ ਖਤਰਾ ਖਾਂਦੇ ਆ ਇਮਰਾਨ ਖਾਨ ਕਿ ਉਹ ਦੁਨੀਆ ਦਾ ਸਭ ਤੋਂ ਬੜਾ ਸਮਾਜਿਕ ਸੰਗਠਨ ਹੈ ਔਰ ਉਹ ਕਿਸੇ ਵੀ ਰਾਜਨੀਤਿਕ ਗਤੀਵਿਧੀ 'ਚ ਕੋਈ ਹਿੱਸਾ ਨਹੀਂ ਲੈਂਦੇ। ਔਰ ਦੂਸਰਾ ਇਹ ਜ਼ਰੂਰ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਜੋ ਕੰਮ ਕਰਦੇ ਹਾਂ ਰਾਜਨੀਤਿਕ ਚਲਾਉਂਦੇ ਜ਼ਰੂਰ ਆ। ਨਹੀਂ ਨਹੀਂ ਚਲਾਉਂਦੇ ਕੁਛ ਨਹੀਂ, ਗਤੀਵਿਧੀ 'ਚ ਹਿੱਸਾ ਨਹੀਂ, ਪਰ ਅਸੀਂ ਉਸ ਵਿਚਾਰਧਾਰਾ ਨੂੰ ਮੰਨਦੇ ਹਾਂ ਜ਼ਿਆਦਾ ਲੋਕ ਜਿਹੜੇ ਭਾਜਪਾ 'ਚ ਕੰਮ ਕਰਦੇ ਹਾਂ, ਬੀਜੇਪੀ 'ਚ ਕੰਮ ਕਰਦੇ ਹਾਂ। ਬੀਜੇਪੀ ਇਸ ਵੇਲੇ ਰੂਲ ਕਰ ਰਹੀ ਹੈ, ਇਹ ਵੀ ਠੀਕ ਆ, NDA ਦੀ ਸਰਕਾਰ ਆ ਕੇਂਦਰ ਦੇ ਅੰਦਰ। ਪਰ ਇਹ ਜਿਹੜਾ ਤੁਸੀਂ ਆਪਦੇ ਬਿਆਨ ਨੂੰ ਕੌਂਟਰਡਿਕਟ ਕਰ ਰਹੇ ਹੋ ਗਰੇਵਾਲ ਸਾਹਿਬ, ਇੱਕ ਵਾਰ ਤੁਸੀਂ ਕਹਿ ਰਹੇ ਹੋ ਕਿ RSS ਰਾਜਨੀਤੀ ਵਿੱਚ ਦਖਲ ਨਹੀਂ ਦਿੰਦੀ ਗੀ, ਰਾਜਨੀਤੀ ਵਿੱਚ ਸਿੱਧੇ ਤੌਰ 'ਤੇ ਜਾਂਦੀ ਨਹੀਂ। ਗਰੇਵਾਲ ਸਾਹਿਬ ਖੁਦ ਤੁਸੀਂ ਸੰਘ ਦੇ ਮੈਂਬਰ ਵੀ ਹੋ, ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੀ, ਬਿਲਕੁਲ ਹੈਗੇ ਹਾਂ, ਅਸੀਂ ਕਦੋਂ ਮਨਾ ਕਰਦੇ ਹਾਂ? ਉਵੇਂ ਹੈ ਨਾ ਜਿਵੇਂ ਅਕਾਲੀ ਦਲ ਕਹਿੰਦਾ ਕਿ SGPC ਦੇ ਵਿੱਚ ਅਸੀਂ ਦਖਲ ਨਹੀਂ ਦਿੰਦੇ ਗੇ, SGPC ਦੇ ਮੈਂਬਰ ਵੀ ਅਕਾਲੀ ਦਲ ਦੇ ਆ ਅਤੇ ਅਕਾਲੀ ਦਲ ਐਸਾ ਨਹੀਂ ਹੈ ਜੀ। RSS ਸਾਨੂੰ ਕੋਈ ਇੱਧਰ ਭੇਜਦਾ ਨਹੀਂ ਹੈ ਬੀਜੇਪੀ ਦੇ ਅੰਦਰ ਜਾਂ ਰਾਜਨੀਤੀ ਦੇ ਅੰਦਰ। ਜਿਹੜੇ ਸਵੰਮ ਸੇਵਕ ਆ ਜਾਂਦੇ ਆ, ਕਈ ਲੋਕ ਕਾਂਗਰਸ 'ਚ ਵੀ ਐਸੇ ਆ ਜਿਹੜੇ RSS 'ਚੋਂ ਨਿਕਲੇ ਹੋਏ ਆ, ਉਹਦੀ ਸ਼ਾਖਾ 'ਚੋਂ ਨਿਕਲੇ ਹੋਏ ਆ। ਉਹ ਤਾਂ ਡਿਸਿਪਲਿਨ, ਅਨੁਸ਼ਾਸਨ ਅਤੇ ਹੋਰ ਅੱਛੀਆਂ ਗੱਲਾਂ ਸਿਖਾਉਂਦਾ, ਮੈਨ ਟੂ ਮੈਨ, ਹਾਰਟ ਟੂ ਹਾਰਟ ਟੱਚ ਕਰਨਾ ਸਿਖਾਉਂਦਾ। ਚਲੋ, ਸਿੱਖਾਂ ਦੇ ਸਾਹਮਣੇ ਸੰਘ ਦਾ ਜ਼ਿਕਰ ਕਿਉਂ ਹੋ ਰਿਹਾ? ਇਸ ਤਰ੍ਹਾਂ ਕਿ ਉਹ ਤਾਂ ਜਾਣ ਬੁੱਝ ਕੇ ਇੱਥੇ ਫੁੱਟ ਪਾਉਣ ਲਈ ਇਮਰਾਨ ਖਾਨ ਜਿਹੜੇ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦਿੰਦੇ ਆ ਔਰ ਦੇਸ਼ ਦੇ ਅੰਦਰ ਸ਼ਾਂਤੀ ਨਹੀਂ ਚਾਹੁੰਦੇ। ਔਰ ਸਿੱਖਾਂ ਦਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵੀ ਜਿਹੜੀ ਉਹਨਾਂ ਨੇ ਪਹਿਲ ਕੀਤੀ ਔਰ ਜਿਹੜਾ ਉਹਨਾਂ ਨੇ ਬਾਕੀ ਗੱਲਾਂ ਚੰਗਾ ਕੀਤਾ ਕਿ ਨਹੀਂ? ਹਾਂਜੀ, ਚੰਗਾ ਕੀਤਾ, ਚੰਗਾ ਕੀਤਾ, ਪਰ ਉਹ ਉਹਨਾਂ ਨੇ ਅੱਛੀ ਮਨਸ਼ਾ ਨਾਲ ਨਹੀਂ ਕੀਤਾ, ਉਹਨਾਂ ਦੀ ਮਨਸ਼ਾ ਅੱਛੀ ਨਹੀਂ ਸੀ, ਸਾਫ਼ ਨਹੀਂ ਸੀ। ਬੋਲੋ, ਉਹਨਾਂ ਦੀ ਮਨਸ਼ਾ ਸਾਫ਼ ਨਹੀਂ ਸੀ। ਉਹਨਾਂ ਨੇ ਸਿੱਖਾਂ ਦਾ ਮਨ ਜਿੱਤ ਕੇ ਦੇਸ਼ 'ਚ ਗੜਬੜੀ ਫੈਲਾਉਣ ਦੇ, ਉਹਨਾਂ ਦੇ ਸਾਬਕਾ ਆਰਮੀ ਜਨਰਲ ਨੇ ਵੀ, ਤੁਹਾਨੂੰ ਲੱਗਦਾ ਕਿ ਸਿੱਖ ਖਿਲਾਫ਼ ਹੋ ਜਾਣਗੇ? ਨਹੀਂ, ਸਿੱਖ ਨਹੀਂ ਖਿਲਾਫ਼ ਹੁੰਦੇ, ਸਿੱਖ ਦੇਸ਼ ਭਗਤ ਨੇ, ਪਰ ਉਹਨਾਂ ਦੀ ਸਾਜਿਸ਼ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਹੀ ਆ। ਅਤੇ ਆਹ ਜਿਹੜਾ ਹੁਣ ਲੜਕੀ ਦਾ ਕੇਸ ਸੀ, ਮੈਂ ਦੱਸਦਾ ਜਗਜੀਤ ਕੌਰ ਦਾ, ਉਸ ਦੇ ਵਿੱਚ ਉਹਨਾਂ ਦੀ ਬੜੀ ਸਾਰੀ ਸਿੱਖ ਕੌਮ ਨੇ ਨਿੰਦਾ ਕੀਤੀ ਔਰ ਬਾਕੀ ਵੀ ਕਨਵਰਸ਼ਨ ਸਾਹਮਣੇ ਆਈਆਂ, ਫੋਰਸੀਬਲ ਕੀਤੀਆਂ ਹੋਈਆਂ। ਉਹਦੇ ਨਾਲ ਕੀ ਹੋਇਆ ਕਿ ਹੁਣ ਉਹਨਾਂ ਨੇ ਆਪਣਾ ISI ਦਾ ਤੁਸੀਂ ਇਹ ਮੁੱਦਾ ਚੁੱਕਿਆ ਪਾਲ ਚਾਵਲਾ, ਇਸ ਕੰਮ ਤੇ ਲਾਤਾ। ਜੇ ਤੁਹਾਨੂੰ ਲੱਗਦਾ ਕਿ ਜਗਜੀਤ ਕੌਰ ਵਾਲਾ ਮਸਲਾ ਜਿਹੜਾ ਇੰਨਾ ਗੰਭੀਰ ਹੈਗਾ, ਕੀ ਕੇਂਦਰ ਸਰਕਾਰ ਨੇ ਇਹ ਇਸ਼ੂ ਟੇਕਅਪ ਕੀਤਾ ਪਾਕਿਸਤਾਨ ਕੋਲੇ? ਬਿਲਕੁਲ ਕਰ ਰਹੇ, ਕੇਂਦਰ ਸਰਕਾਰ ਕਦੋਂ ਕੀਤਾ? ਸੁਣ ਲਓ, ਵਿਦੇਸ਼ ਮੰਤਰਾਲਾ ਕਰ ਰਿਹਾ ਔਰ ਉਹਦੀ ਅੱਗੇ ਵੀ ਯੋਜਨਾ ਬਣ ਰਹੀ ਹੈ, ਔਰ ਨਾਲ ਨਾਲ ਰੇਣੂਕਾ ਵਾਲਾ ਵੀ ਚੱਕ ਰਹੇ ਹੋਰ ਵੀ ਜਿਹੜੀਆਂ। ਕਰਤਾਰਪੁਰ ਲਾਂਘੇ ਦਾ ਸਵਾਲ ਬੀਜੇਪੀ ਨੇ ਚੁੱਕਿਆ ਹੈਗਾ ਕਿ ਇਮਰਾਨ ਖਾਨ ਦੀ ਮਨਸ਼ਾ ਸਹੀ ਨਹੀਂ ਹੈਗੀ, ਅੱਜ ਵੀ ਇਹ ਸਵਾਲ ਆ ਰਿਹਾ, ਉਸ ਦੇ ਬਾਵਜੂਦ ਆ ਰਿਹਾ ਜੋ ਅਮਿਤ ਸ਼ਾਹ ਇਹ ਗੱਲ ਕਹਿਣ ਕਿ ਟਾਈਮ 'ਤੇ ਕੰਮ ਪੂਰਾ ਹੋਊਗਾ, ਜਦੋਂ ਅੱਜ ਕੈਪਟਨ ਅਮਰਿੰਦਰ ਸਿੰਘ ਗੱਲ ਕਹਿਣ ਕਿ ਉਹ ਕੰਮ ਦੇ ਜਿਹੜੇ ਚਾਲ ਤੋਂ ਸੰਤੁਸ਼ਟ ਹੈ ਕਿ ਉਸ ਦੇ ਬਾਵਜੂਦ ਬੀਜੇਪੀ ਦੇ ਬੁਲਾਰੇ ਗੱਲ ਕਹਿ ਰਿਹਾ ਹੈ ਇਮਰਾਨ ਖਾਨ ਦੀ ਮਨਸ਼ਾ ਠੀਕ ਨਹੀਂ ਹੈਗੀ? ਦੇਖੋ ਜੀ, ਅਸੀਂ ਜਿੱਥੇ ਵੀ TV ਚੈਨਲ 'ਤੇ ਗਏ ਹਾਂ, ਮੈਂ ਤਾਂ ਉਸ ਪਾਸੇ ਗਿਆ ਨਹੀਂ, ਮਗਰ ਇਹ ਸੁਣਨ ਨੂੰ ਆ ਰਿਹਾ ਕਿ ਵੀ ਉਹਨਾਂ ਨੇ ਆਲਰੇਡੀ ਆਪਣਾ 80-90% ਕੰਮ ਕੰਪਲੀਟ ਕਰ ਲਿਆ ਪਾਕਿਸਤਾਨ ਵਾਲਿਆਂ ਨੇ। ਇਹ ਵੀ ਸੁਣਨ 'ਚ ਆਇਆ ਸੀਗਾ ਪਿਛਲੇ ਕਿ ਵੀ ਉੱਥੇ ਕਿਉਂਕਿ ਉਹਨਾਂ ਨੂੰ ਚਲੋ ਆਰਥਿਕ ਕਰਨੇ ਉਹ ਸਿੱਖਾਂ ਨੇ ਮਦਦ ਕੀਤੀ ਆ, ਜੋ ਵੀ ਵਟ ਐਵਰ ਰੀਜ਼ਨ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਹੁਣ ਇਹ ਆਪਾਂ ਇੱਥੇ ਨਾ ਆਪਾਂ ਗੁਰੂ ਦੇ ਜਿਹੜੇ ਪ੍ਰਕਾਸ਼ ਪੁਰਬ ਉੱਤੇ ਨਾ ਆਪਾਂ ਪੋਲੀਟਿਕਸ ਨੂੰ ਛੱਡ ਦਈਏ, ਕਿਉਂਕਿ ਉਸ ਪਾਸੇ ਵੀ ਦੇਖੋ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਠੀਕ ਹੈ ਨਾ ਜੀ। ਸੋ ਇਹ ਆਪਾਂ ਇਹ ਕਹਿਣਾ ਕਿ ਵੀ ਉੱਥੇ ਵੀ ਬੰਦਿਆਂ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਬੰਦੇ ਉੱਥੇ ਨਹੀਂ ਹੈਗੇ ਜਾਂ ਇੱਥੇ? ਗੁਰਪ੍ਰੀਤ ਸਿੰਘ, ਸਵਾਲ ਇਸ ਕਰਕੇ ਉੱਠਿਆ, ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੇ ਵਿਚਾਲੇ ਕੀ ਪੋਲੀਟੀਕਲ ਗੱਲਾਂ ਕਰਨੀਆਂ ਬਣਦੀਆਂ ਸੀ? ਨਹੀਂ ਬਣਦੀਆਂ ਸੀਗੀਆਂ, ਆਈ ਐਗਰੀ ਵਿਦ ਯੂ, ਜਿਹੜੀ ਗੱਲ ਤੁਸੀਂ ਕੀਤੀ ਸੀਗੀ ਕਿ ਡੈਫੀਨੇਟਲੀ ਨੋਟ, ਇੱਥੇ ਸਿਰਫ ਗੁਰੂ ਦੀ ਗੱਲ ਹੋਣੀ ਚਾਹੀਦੀ ਸੀਗੀ, ਜਿੱਦਾਂ ਅਸੀਂ GSC ਨੇ ਅਸੀਂ ਇੱਕ ਇੰਡੋ ਸਿੱਖ ਕ੍ਰਿਸਚਨ ਡਾਇਲੋਗ ਕੀਤਾ ਸੀਗਾ ਜਨੀਵਾ ਦੇ ਵਿੱਚ 5 July ਨੂੰ। ਦੈਟ ਇਜ਼ ਵਾਟ ਸ਼ੁੱਡ ਹੈਵ ਰਿਮੇਨਡ ਹੇਅਰ, ਵਿੱਚ ਸਿਰਫ ਗੁਰੂ ਦੀ ਗੱਲ ਹੋਈ ਸੀਗੀ ਕਿ ਗੁਰੂ ਦਾ ਮੈਸੇਜ। ਇਮਰਾਨ ਖਾਨ ਨੇ ਫਿਰ ਚਲਾਕੀ ਕੀਤੀ,
इंटरनेशनल सिख कॉन्फ्रेंस के जो आप सिर्फ गुरु नानक देव जी का 550वां प्रकाश पुरब मना उत्थे आप एक कॉन्फ्रेंस रखी है ते ओ सिर्फ से सिर्फ उत्थे गुरु दी गल होनी चाहिए। मैं कह रहा हूं इट वाज द पाकिस्तान इज आल्सो प्लेइंग अ जियोपॉलिटिकल गेम यूजिंग द सिक्स एंड द करतार। मैं सवाल कर लूंगा विक्रम जी, जे तुसी इहदा जवाब देना चाहोगे की सिखां जरिए इमरान खान कोई लॉबिंग करन दी कोशिश विच तां नहीं? शुरू तो जद तो करतारपुर कोरिडोर पाकिस्तान ने अनाउंस किया है उन्होंने करतारपुर कोरिडोर नूं लार्जर इंडो पाक इशूज नाल टाइप किया है। तुसी पाकिस्तान फॉरन ऑफिस की स्टेटमेंट्स देख लो, उन्होंने हर बारी कहा कि करतारपुर कैन नॉट बी सीन इन आइसोलेशन। अगर इंडिया लार्जर डायलॉग शुरू करता है तो असं करतारपुर को अगे लैके जावे, उन्होंने स्टेटमेंट्स ने। ठीक है प्रसमनजीत सिंह, और जो कन्वेंशन से इमरान ने हर चीज़ विच हैज़ नथिंग टू डू डायरेक्टली विद सिख्स, परमाणु हथियार कॉन्फ्लिक्ट हो जाएगी है, ही इज यूज द फोरम फॉर जियो पोलिटिकल परपसिज। रसमनजीत सिंह, जोड़ा इधरला सा मीडिया हैगा उन्होंने सिर्फ पॉइंट आउट ये चीज़ों को किया, न्यूकलीयर पावर न्यूकलीयर हथियार इन्ह चीज़ों इमरान के जो बयान हैगा उसने आधार बना के अगर चर्चा की गई है। उत्थे इंटरनेशनल सिख कन्वेंशन 550वां गुरपुरब श्री गुरु नानक देव जी उसका जिक्र ही आउट हो गया। नहीं तुसी देख लो, मैं भी आने तो पहले उन्होंने बयान पढ़िया, उन्होंने मेजर एक पॉइंट हैगा जिस तरह होंगी है ना, जिस तरह कोई बिल्ली घिरी जाती है तो फिर अगे ही गल पी है, वो उस किस्म का जो न्यूकलीयर वाला बार बार वो तुसी चार बयान सुनाए वो इस करके है, वो अपने डर चो कह लो जो उन्होंने ये है कि जो हूँ कश्मीर का यह हाल करता तो पीओके ना कुछ करे तो उस किस्म की थ्रैटनिंग चल रही। पर मैनू ये चिंता जरूर है, मैं खुद इस गल जी तुसी भी चिंता जाहिर की है कि जे सिखां प्रति वो इन्ना मिठा बोलन लग जाएंगे तो साडा पट्ठा बिठा देंगे। उन्होंने नहीं चाहिए यहोजी ज्यादा वध चढ़ के गल्लां करन दीआं, उन्होंने पता होना चाहिए कि साडे देश दे अंदर भी इस तो पहला इमरान खान दे मंत्री ने एक बयान दिता सीगा, तुसीं शायद उन्हां ट्वीट भी पढ़िया होगा जो सिखां नूं कहा गया सीगा तुसीं फौज विचों बाहर हो जाओ। नहीं नहीं बिल्कुल, मैं तो कहना है ना कि जिहड़ियां इस ये बेकरतूतियां गल्लां इह घटिया गल्लां आ, इह साडे कोई हक च जाण वालियां गल्लां नहीं हैगियां। देखो साडे जिहड़े पाकिस्तान दे नाल लिंक हैगे आ उह कई किस्म दे ले, उह इतिहासिक आ, उह भाषा दे आ, उह सभ्याचारक आ, उह पंजां पाणियां दे हैगे आ, उह कदे इक उह साडे कई किस्म दे कल्चरल हैगे आ। तुसीं उस गल नूं रिड्यूस सिर्फ सिख नॉन सिख उस किस्म दा करोगे जां कोरीडोर नूं भी तुसीं पोलीटिसाइज करोगे, ये बहुत मंदभागी गल होगी। कोई इहदा मैं मैनू हमेशा खदशा रहिंदा कि जे उन्हां ने ज़्यादा कुछ इहो जिहा कीता गां फिर कि असीं तो सिख 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 ज़्यादा इहो जिहा सीने ला ला के गल्लां कीतियां ते इत्थे वालिआं ने अपनी साडी टिंड जिहड़े बहुत बहुत अहम सवाल खड़ी कर देणगे, बिल्कुल साडा औखा काम साडा काफ़ी तंग हो जूगा। इस करके उन्हां नूं बाज आउणा चाहीदा इहो जिहियां गल्लां तों जो उन्होंने बनता वो कर। हूँ तो मैं बड़ा बधाई देना ऑन टीवी के जरा अमित शाह जी ने भी बहुत गल क्लीयर की हैगी, साढ़े होम मिनिस्टर आ और पावरफुल होम मिनिस्टर आ, ऑर्डनरी होम मिनिस्टर नहीं। उन्होंने कहा कि साडा इधरों काम जोड़ा आ वो वेले सिर खत्म, ये वही गल हो सकती है। ठीक है ये चेतापन ज्यादा उन्होंने एक छोटा ब्रेक लेना। वैसे मैं बड़ी कोशिश की है कि करतारपुर लांघे बारे जो गल हो जो सिख कन्वेंशन का जिक्र हो बाबे नानक के 550वें ग्रुप का जिक्र हो उदो सियासत जी नहीं होनी चाहिए, पर उसके बावजूद दोनों पास तो सियासतदान योजे बयान देंगे है आपे चीज़ा अगर वध्दिया हुई रुकावट खड़े करने लग जाते हैं क्या। उस तो बाद यह गल कही जाती है कि एजेंसियां कुछ प्लांट खिला कुछ मीडिया जोड़ा वो सत्ता पक्ष में भुगतता हैगा, यही चीज़ा फिर कही जाए। पर सवाल यह है कि यह राजनेता हर मंच में आपके तरीके क्यों वरतते हैं क्या, सवाल सारा तो पूछे जान के जो करतारपुर लांघे का जिक्र हो जो सिख कन्वेंशन का जिक्र हो तो उतो बाबे नानक के फलसफे का जिक्र क्यों नहीं होंगे गा, उत्थे वंड पाओ वाली नीति है जड़ी फुट पाओ वाली राजनीति है जड़ी वो क्यों चलती है। ब्रेक तो वापस आ रहे हैं, सवाल क्यों पूछ रहे, बड़ा सवाल यह पूछ रहे हैं इंटरनेशनल सिख कन्वेंशन जरिए पाकिस्तान के पीएम इमरान खान ने किसान टारगेट किया। विक्रमजीत सवाल यह है कि टारगेट तो कोई ना कोई तो कर रहा है क्या, जदों असी गुरपुरब का जिक्र करते हैं सिख कन्वेंशन का जिक्र करते हैं करतारपुर लांघे का जिक्र करते हैं सारी सियासत जां इधरों चाहे उधरों कुछ ना कुछ आपदा तरीके टारगेट करती हैं। अमित शाह ने जो बयान दिता है क्या उस तो बाद की जी टारगेट वाली चीज़ है घट गई है या वध गई है? आई जस्ट आंसर, एक इंट्रस्टिंग गल है कि जी जगजीत कौर वाली कंट्रोवर्सी हुई इंडिया में सैक्शन ऑफ द मीडिया और सैक्शन ऑफ द सिख्स ने बड़ा रौला पाया कि जी पाकिस्तान इज़ एंटी सिख। तो उन्हें याद होगा कुछ महीने पहले गुरु नानक हवेली का एक फेक न्यूज़ बना के इतने बहुत मीडिया ने चक्की सी जी, वो गुरु नानक हवेली वैंडलाइज, वो इन्हों का टारगेट एक ही हैगा करतारपुर इनिशिएटिव, क्योंकि इंडिया में ऐसी फोर्सेस बैठी हैं जिन्हां नाल दिल साफ नहीं आ, वो कहिंदे ना मूंह दे कुछ बोलणगे अंदरों कुछ होर, अंदरों वो करतारपुर कोरीडोर नाल बिल्कुल खुश नहीं है
और मैं इस चैनल पर बड़ी वारी कह चुके हाँ कि यह जे बंदे गवर्नमेंट ऑफ इंडिया के भी हाई लैवल पर बैठे हुए हैं और वो तू देखो सुब्रमण्यम स्वामी को क्यों भेजा चंडीगढ़ चंडीगढ़ भेजा और उत्थे सुब्रमण्यम स्वामी एक बड़ा कंट्रोवर्शियल बयान देंगे कि करतारपुर साहब कोरीडोर तुसी अपोज करो और वो कहता है कि सिख्स शुड अपोज करतारपुर कोरीडोर बिकॉज दे आर नैशनलिस्टिक सो सिख्स हैव टू प्रूव देयर नैशनलिज्म बाय अपोजिंग करतारपुर कोरीडोर जो वार बार कहा जाता है कि सिख बहुत बड़े देशभक्त है मैं समझ नहीं आती सर्टिफिकेट क्यों चाहिए सिखा मैं उही कह रहा ਮੈਨੂੰ ਇਹ ਪੁੱਛੋ ਸੁਬਰਮਣਿਅਮ ਸਵਾਮੀ ਔਰ ਕੰਪਨੀ ਤੋਂ ਕਿ ਜਦ ਡੋਕਲਮ ਕ੍ਰਾਈਸਿਸ ਹੋਇਆ ਚਾਈਨਾ ਨੇ ਸਾਡੇ 'ਤੇ ਵਾਰ ਥ੍ਰੈਟ ਕੀਤਾ ਅਤੇ ਅਸੀਂ ਕਿਉਂ ਨਹੀਂ ਯਾਤਰਾ ਮਾਨਸਰੋਵਰ ਰੋਕੀ ਕਿਉਂ ਅਸੀਂ ਚੱਲਣ ਦਿੱਤੀ ਉਹ ਮਾਨਸਰੋਵਰ ਯਾਤਰਾ ਚਾਈਨੀਜ਼ ਨੇ ਰੋਕਤੀ ਨਹੀਂ ਉਸ ਤੋਂ ਬਾਅਦ ਵਿਕਰਮ ਜੀ ਰਿਐਕਸ਼ਨ ਇਹ ਹੁੰਦਾ ਕਿ ਅਸੀਂ ਅਮਰਨਾਥ ਯਾਤਰਾ ਰੋਕੀ ਕਸ਼ਮੀਰ ਦੇ ਬਾਰੇ 'ਚ ਉਹਦਾ ਰਿਐਕਸ਼ਨ ਇਹ ਹੈ ਵਿਕਰਮ ਜੀ ਤੁਹਾਡੇ ਸਵਾਲ ਦਾ ਜਵਾਬ ਉਹਦੇ ਵਿੱਚ ਲੁਕਿਆ ਹੋਇਆ ਕਿ ਅਸੀਂ ਵੀ ਆਪਦੇ ਧਰਮ ਨੂੰ ਰੋਕਦੇ ਪਏ ਹਾਂ ਜਾਂ ਆਪਦੇ ਖਿੱਤੇ ਨੂੰ ਰੋਕਦੇ ਪਏ ਹਾਂ ਜਾਂ ਜਿੱਧਰ ਅਸੀਂ ਚੱਲ ਰਹੇ ਹਾਂ ਉਹ ਇੱਕ ਡਿਫਰੈਂਟ ਰੀਜ਼ਨ ਸੀ ਡੋਕਲਮ ਚਾਈਨਾ ਨੇ ਡਾਇਰੈਕਟਲੀ ਵਾਰ ਦਾ ਥ੍ਰੈਟ ਕੀਤਾ ਆਰ ਆਰਮੀਜ਼ ਵਰ ਇੰਗੇਜ ਇਨ ਅ ਕਨਫਰੰਟੇਸ਼ਨ ਯੈਟ ਮਾਨਸਰੋਵਰ ਯਾਤਰਾ ਇੰਡੀਆ ਦੇ ਸਾਈਡ ਤੋਂ ਨਹੀਂ ਰੋਕੀ ਦੋਨੋਂ ਪਾਸੇ ਸਿਆਸਤਦਾਨਾਂ ਦਾ ਕੋਈ ਨਾ ਕੋਈ ਟਾਰਗੇਟ ਹੈਗਾ ਬਿਲਕੁਲ ਜਿਹੜਾ ਮਿਸਟਰ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਹੈਗਾ ਮਿਸਟਰ ਸ਼ਾਹ ਦਾ ਮਿਸਟਰ ਸ਼ਾਹ ਦਾ ਬਿਆਨ ਜਿਹੜਾ ਆਇਆ ਇੱਕ ਬਹੁਤ ਇੰਪੋਰਟੈਂਟ ਬਿਆਨ ਹੈ ਕਿਉਂਕਿ ਸ਼ਾਹ ਦੀ ਜਿਹੜੀ ਸਪੋਰਟਰਸ ਨੇ ਉਹਨਾਂ ਵਿੱਚ ਬੜੇ ਇਨਫਲੂਐਂਸ਼ੀਅਲ ਸੈਕਸ਼ਨ ਹੈਗਾ ਜੋ ਕਰਤਾਰਪੁਰ ਕੋਰੀਡੋਰ ਨੂੰ ਅਪੋਜ਼ ਕਰਦਾ ਬਟ ਸ਼ਾਹ ਦੇ ਉੱਪਰ ਦੂਜੇ ਵੱਡੇ ਕੰਪਲਸ਼ਨਸ ਨੇ ਡੋਮੈਸਟਿਕ ਪੋਲੀਟੀਕਲ ਕੰਪਲਸ਼ਨਸ ਵੀ ਅਕਾਲੀਜ਼ ਨੂੰ ਇਹਨਾਂ ਨੇ ਜਿਹੜਾ ਸਪੋਰਟ ਦਿੱਤੀ ਹੈ ਯੂ ਨੋ ਪਾਰਟ ਆਫ ਦੈਟ ਬਟ ਓਵਰਆਲ ਜਿਹੜਾ ਮੈਂ ਦੇਖਦਾ ਇੰਟਰਨੈਸ਼ਨਲ ਪ੍ਰੈਸ਼ਰ ਆ ਰਿਹਾ ਔਨ ਬੋਥ ਇੰਡੀਆ ਐਂਡ ਪਾਕਿਸਤਾਨ ਕਿ ਤੁਸੀਂ ਕੋਈ ਨਾ ਕੋਈ ਕੰਟੈਕਟ ਮੇਨਟੇਨ ਕਰੋ ਦੇਖੋ ਹਾਂ ਚਾਈਨਾ ਔਰ ਅਮੈਰੀਕਾ ਦੀ ਫੋਰਨ ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਮਿਨਿਸਟਰੀ ਨੇ ਬੜੀ ਵਾਰੀ ਕਰਤਾਰਪੁਰ ਨੂੰ ਵੈਲਕਮ ਕੀਤਾ ਐਜ਼ ਅ ਪੀਪਲ ਟੂ ਪੀਪਲ ਇਨੀਸ਼ੀਏਟਿਵ ਸੋ ਕਰਤਾਰਪੁਰ ਇਜ਼ ਬੀਂਗ ਯੂਜ਼ ਬਾਏ ਦਾ ਮੋਦੀ ਗਵਰਨਮੈਂਟ ਟੂ ਸ਼ੋ ਟੂ ਦਾ ਵਰਲਡ ਕਿ ਅਸੀਂ ਪਾਕਿਸਤਾਨ ਨਾਲ ਕੰਟੈਕਟ ਰੱਖਿਆ ਯਾਨੀ ਕਿ ਲਾਂਘਾ ਸ਼ਾਂਤੀ ਦਾ ਰਾਹ ਖੋਲ ਸਕਦਾ ਯੈਸ ਕਿਉਂਕਿ ਇਟ ਇਜ਼ ਐਨ ਇਨੀਸ਼ੀਏਟਿਵ ਵਿਚ ਕੈਨ ਸ਼ੋ ਦ ਵੇ ਫੋਰ ਪੀਸ ਇਨ ਇੰਡੀਆ ਇਨ ਸਾਊਥ ਏਸ਼ੀਆ ਐਜ਼ ਅ ਕੋਰੀਡੋਰ ਆਫ ਪੀਸ ਠੀਕ ਹੈ ਗੁਰਪ੍ਰੀਤ ਸਿੰਘ ਅਸੀਂ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਦੇਖੀਏ ਇੱਕ ਵਾਰੀ ਅਸੀਂ ਸਿੱਖ ਕਨਵੈਨਸ਼ਨ ਦੇ ਵਿੱਚ ਇਮਰਾਨ ਖਾਨ ਨੇ ਜੋ ਬੋਲਿਆ ਜਾਂ ਉੱਥੇ ਸਿੱਖ ਵਿਦਵਾਨਾਂ ਨੇ ਜੋ ਬੋਲਿਆ ਜਾਂ ਹੋਰ ਵਿਦਵਾਨ ਜਿਹੜੇ ਉੱਥੇ ਬੋਲੇ ਹੈਗੇ ਉਹਨਾਂ ਨੂੰ ਪਾਸੇ ਰੱਖ ਕੇ ਦੇਖੀਏ ਇਧਰਲੀ ਜਿਹੜੀ ਸਿਆਸਤ ਹੋ ਰਹੀ ਉਸ ਨੂੰ ਪਾਸੇ ਰੱਖ ਕੇ ਦੇਖੀਏ ਲਾਂਘਾ ਫਿਰ ਵੀ ਕਿਤੇ ਨਾ ਕਿਤੇ ਸ਼ਾਂਤੀ ਦਾ ਰਾਹ ਖੋਲ ਸਕਦਾ ਬਿਲਕੁਲ ਬਾਬੇ ਨਾਨਕ ਦਾ ਫਲਸਫਾ ਜਿਹੜਾ ਉਸ ਨੂੰ ਫੁੱਲ ਚੜਾਏ ਜਾ ਸਕਦੇ ਆ ਬਿਲਕੁਲ ਬਿਲਕੁਲ ਇਹੀ ਤਾਂ ਅਸੀਂ ਪਹਿਲਾਂ ਵੀ ਅਸੀਂ ਬਥੇਰੇ ਵਾਰੀ ਕੀਤਾ ਹੋਇਆ ਗੱਲ ਕਿ ਲਾਂਘਾ ਇਜ਼ ਜਸਟ ਦ ਬਿਗਨਿੰਗ ਸਟੈਪ ਅਸੀਂ ਤਾਂ ਚਾਹੁੰਦੇ ਹਾਂ ਕਿ ਲਾਈਕ ਯੂਰਪ ਬਾਰਡਰ ਖੁੱਲ੍ਹ ਜਾਣਾ ਚਾਹੀਦਾ ਹੈ ਬਿਕੋਜ਼ ਸਾਡੇ ਇੰਨੇ ਵਧੀਆ ਆਪਸ ਵਿੱਚ ਭਾਈਚਾਰੀ ਹੋ ਜਾਣੀ ਚਾਹੀਦੀ ਹੈ ਅਸੀਂ ਸਾਰੇ ਗੁਰੂ ਨਾਨਕ ਨਾਮ ਲੇਵਾ ਅਸੀਂ ਬੰਦੇ ਹੈਗੇ ਗੁਰੂ ਨਾਨਕ ਦੀ ਫਿਲੋਸਫੀ ਦੇ ਉੱਤੇ ਅਸੀਂ ਤੁਰਨ ਵਾਲੇ ਅਗਰ ਬੰਦੇ ਹੈਗੇ ਅਤੇ ਉਹਨਾਂ ਦੀ ਤਾਂ ਕੋ ਐਗਜ਼ਿਸਟੈਂਸ ਵਾਲੀ ਸਾਡੀ ਤਾਂ ਫਿਲੋਸਫੀ ਹਮੇਸ਼ਾ ਰਹੀ ਹੈ ਹੁਣ ਸਿੱਖ ਰਾਜ ਦੇ ਵਿੱਚ ਸਿੱਖ ਜਿਹੜਾ ਸੀਗਾ 10% ਸੀਗਾ 70% ਮੁਸਲਮਾਨ ਸੀਗੇ ਸਾਰੇ ਅਮਨ ਨਾਲ ਬਾਕੀ ਹਿੰਦੂ ਸੀਗੇ ਸਾਰੇ ਅਮਨ ਨਾਲ ਰਹਿੰਦੇ ਸੀਗੇ ਇਟ ਵਾਜ਼ ਅ ਬਿਊਟੀਫੁਲ ਪੀਰੀਅਡ ਫੋਰ ਪੰਜਾਬ ਸੋ ਵਾਈ ਕੈਨੋਟ ਵੀ ਅਗੇਨ ਅਚੀਵ ਉਹੀ ਚੀਜ਼ ਜਿਹੜੀ ਐਂਡ ਉਹ ਇਸ ਲਈ ਸੀਗਾ ਕਿਉਂਕਿ ਵੀ ਸਿੱਖ ਜਿਹੜਾ ਸੀਗਾ ਉਹ ਵਾਕਈ ਗੁਰੂ ਨਾਨਕ ਦੀ ਫਿਲੋਸਫੀ ਸਿੱਖ ਫਿਲੋਸਫੀ ਉੱਤੇ ਉਹ ਪੂਰਾ ਉਤਰਦਾ ਸੀਗਾ ਲੋਕ ਵੀ ਸਮਝਦੇ ਸੀਗੇ ਮਤਲਬ ਕੋ ਐਗਜ਼ਿਸਟੈਂਸ ਬ੍ਰਦਰਹੁੱਡ ਲਵ ਪੈਸ਼ਨ ਇਹ ਸਾਰਾ ਕੁਛ ਹੀ ਹੈਗਾ ਐਂਡ ਆਈ ਐਮ ਸ਼ੋਰ ਇਸਲਾਮ ਦੇ ਵਿੱਚ ਵੀ ਇਹੀ ਹੈਗਾ ਸੋ ਇਹਦੀ ਪ੍ਰੋਬਲਮ ਕੀ ਹੈਗੀ ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿ ਇਸਲਾਮ ਦੇ ਵਿੱਚ ਵੀ ਹੈਗਾ ਹਿੰਦੂਇਜ਼ਮ ਦੇ ਵਿੱਚ ਵੀ ਇਹੀ ਹੈਗਾ ਅਸੀਂ ਕਿਉਂ ਮਤਲਬ ਇਹ ਆਪਸ ਵਿੱਚ ਅਸੀਂ ਇਹ ਸਾਰੇ ਧਰਮਾਂ ਦੇ ਰਾਹ ਉੱਥੇ ਜਾ ਕੇ ਮਿਲਦੇ ਆ ਬਿਲਕੁਲ ਉਹ ਤਾਂ ਦੇਖੋ ਉਹ ਤਾਂ ਸਿੱਧੀ ਗੱਲ ਹੈ ਕਿ ਓਸ਼ਨ ਤਾਂ ਇੱਕੋ ਹੀ ਹੈ ਰਾਹ ਆਪਣੇ ਆਪਣੇ ਨੇ ਤੁਸੀਂ ਜਿਹੜੇ ਰਾਹ ਤੋਂ ਤੁਰੇ ਹੋ ਜਾਓ ਤੁਸੀਂ ਓਸ਼ਨ 'ਚ ਪਹੁੰਚ ਜਾਂਦੇ ਹੋ ਅਤੇ ਫਿਰ ਇਹ ਨਹੀਂ ਪਤਾ ਕਿ ਕੋਈ ਹਿੰਦੂ ਹੈ ਕੋਈ ਮੁਸਲਿਮ ਹੈ ਮੰਜਲ ਲੈ ਕੇ ਗਰਵਾ ਸਾਹਿਬ ਤੁਸੀਂ ਇਹ ਗੱਲ ਕਿਉਂ ਨਹੀਂ ਮੰਨਣ ਨੂੰ ਤਿਆਰ ਰੱਖੇ ਕਿ ਲਾਂਘਾ ਸ਼ਾਂਤੀ ਦਾ ਰਾਹ ਖੋਲ ਸਕਦਾ ਕਿ ਤੁਹਾਡੀ ਪਾਲਿਸੀ ਹੈਗੀ ਹੈ ਇਹ ਗੱਲ ਕਹਿਣੀ ਨਹੀਂ ਕੌਣ ਨਹੀਂ ਮੰਨਦਾ ਕੌਣ ਨਹੀਂ ਮੰਨਦਾ ਤੁਸੀਂ ਅਗਰ ਮੰਨਦੇ ਹੋ ਕਿ ਲਾਂਘਾ ਸ਼ਾਂਤੀ ਰਾਹ ਖੁੱਲ ਸਕਦਾ ਬਿਲਕੁਲ ਗੱਲਬਾਤ ਚੱਲਣੀ ਚਾਹੀਦੀ ਹੈ ਰਾਹ ਖੁੱਲਣੇ ਚਾਹੀਦੇ ਕਿਉਂਕਿ ਤੁਸੀਂ ਜਦੋਂ ਫਸਟ ਸੈਗਮੈਂਟ ਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਸੀ ਜਦੋਂ ਵੀ ਸਾਡੀ ਸਰਕਾਰ ਆਈ ਹੈ ਅਟਲ ਜੀ ਨੇ ਵੀ ਪਹਿਲ ਕੀਤੀ ਮੋਦੀ ਜੀ ਨੇ ਵੀ ਪਹਿਲ ਕੀਤੀ ਔਰ ਬਹੁਤ ਕੋਸ਼ਿਸ਼ ਕੀਤੀ ਕਿ ਸਾਡੀ ਗੱਲਬਾਤ ਚੱਲੇ ਅਸੀਂ ਬਹੁਤ ਨਜ਼ਦੀਕ ਹੋਈਏ ਇੱਕ ਦੂਜੇ ਦੇ ਸਾਡੇ ਵਪਾਰਕ ਰਿਸ਼ਤੇ ਵੀ ਕਾਇਮ ਹੋਣ ਉਹਦੇ 'ਚ ਸਾਡੀ ਪਾਰਟੀ ਦੀ ਜਾਂ ਸਾਡੇ ਦੇਸ਼ ਦੀ ਵੀ ਕਦੇ ਪੋਲਿਸੀ ਇਹ ਨਹੀਂ ਰਹੀ ਕਿਸੇ ਵੀ ਸਰਕਾਰ ਦੀ ਕਿ ਅਸੀਂ ਪਾਕਿਸਤਾਨ ਦੇ ਨਾਲ ਕੋਈ ਗਲਤ ਕਰਨਾ ਜਾਂ ਕਿਸੇ ਹੋਰ ਕੰਟਰੀ ਨਾਲ ਵੀ ਕਰਨਾ ਸਾਡੇ ਨਾਲ ਜ਼ਰੂਰ ਧੱਕਾ ਕਰਦੇ ਆ ਅਤੇ ਉਸ ਦਾ ਜਵਾਬ ਤਾਂ ਦੇਣਾ ਪੈਂਦਾ ਉਹ ਗੱਲ ਅਲੱਗ ਹੈਗੀ ਹੈ ਉਹ ਸਾਡੀ ਸਰਕਾਰ ਬੜੀ ਸਖਤੀ ਨਾਲ ਦੇ ਰਹੀ ਹੈ ਅਤੇ ਬਾਕੀ ਐਸਾ ਕੁਛ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ NDA ਚਾਹੁੰਦਾ ਹੈਗਾ ਕਿ ਵੀ ਅਸੀਂ ਇਹ ਸ਼ਾਂਤੀ ਦਾ ਰਸਤਾ ਨਾ ਖੁੱਲ੍ਹੇ ਉਹ ਖੁੱਲ੍ਹਣਾ ਚਾਹੀਦਾ ਗੁਰੂ ਨਾਨਕ ਦੇਵ ਲਈ ਸਤਿਕਾਰ ਅਤੇ ਸ਼ਰਧਾ ਜਿਹੜੀ ਹੈ ਕਿਹੋ ਜਿਹੇ ਬਿਆਨ ਦਿੰਦੇ ਫਿਰ ਮਿਸਟਰ ਸਵਾਮੀ ਮਿਸਟਰ ਸਵਾਮੀ ਦਾ ਪਹਿਲੀ ਗੱਲ ਤਾਂ ਇਹ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਉਹ ਸਾਡਾ
ਸਾਡੀ ਸਰਕਾਰ ਦੀ ਤਰਫੋਂ ਜਾਂ ਸਾਡੀ ਪਾਰਟੀ ਦੀ ਤਰਫੋਂ ਕੋਈ ਐਸਾ ਵਿਚਾਰ ਨਹੀਂ ਹੈ ਉਹਨਾਂ ਦਾ ਆਪਣਾ ਨਿੱਜੀ ਵਿਚਾਰ ਹੈ ਕਰ ਦੋ ਫਿਰ ਉਹਨਾਂ ਤੇ ਲੋਕਾਂ 'ਚ ਇੱਕ ਮੈਸੇਜ ਤਾਂ ਜਾਵੇ ਨਾ ਤੁਸੀਂ ਘੱਟ ਗਿਣਤੀਆਂ ਦੇ ਨਾਲ ਹੋ ਸੁਨੇਹਾ ਤਾਂ ਜਾਵੇ ਨਾ ਕਿਉਂ ਫਿਰ ਇਮਰਾਨ ਖਾਨ ਵਰਗੇ ਲੋਕ ਆ ਜਿਹੜੇ ਪ੍ਰਧਾਨ ਮੰਤਰੀ ਉੱਥੇ ਸਵਾਲ ਚੁੱਕਦੇ ਇਹ ਕਿ ਸੁਨੇਹਾ ਜਦੋਂ ਤੁਸੀਂ ਨਿੰਦਾ ਵੀ ਕਰ ਦਿਓ ਨਿੰਦਾ ਵੀ ਨਹੀਂ ਕੀਤੀ ਤੁਸੀਂ ਨਾ ਤੁਸੀਂ ਕਾਰਵਾਈ ਕੀਤੀ ਹੈ ਐਸੀ ਕੋਈ ਗੱਲ ਨਹੀਂ ਹੈ ਬੀਜੇਪੀ ਨੇ ਕਹਿ ਦਿੱਤਾ ਕਿ ਉਹਨਾਂ ਦਾ ਨਿੱਜੀ ਵਿਚਾਰ ਆ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਸੈਂਟਰ ਲੀਡਰਸ਼ਿਪ ਨੇ ਕਹਿਤਾ ਹਾਂਜੀ ਸੈਂਟਰ ਲੀਡਰਸ਼ਿਪ ਨੇ ਬਿਲਕੁਲ ਬਿਲਕੁਲ ਉਹਨਾਂ ਦੇ ਕਹੇ ਤੋਂ ਬਿਨਾਂ ਅਸੀਂ ਕਿੱਦਾਂ ਕਹਿ ਦੇਵਾਂਗੇ ਅੱਛਾ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਐਸੀ ਸੈਕਸ਼ਨ ਹੈ ਜਿਨੇ ਸੁਬਰਮਨਿਅਮ ਸਵਾਮੀ ਨੂੰ ਇੱਥੇ ਭੇਜ ਕੇ ਬਿਆਨ ਕੀਤਾ ਇਹ ਹੁਣ ਡਿਸਓਨ ਕਰ ਰਹੇ ਨੇ ਕਰਤਾਰਪੁਰ ਲਾਂਘਾ ਖੁੱਲੇਗਾ ਸਾਡੀ ਸਰਕਾਰ ਦੀਆਂ ਸਿੰਸੀਅਰ ਐਫਰਟਸ ਨੇ ਜਦੋਂ ਸਾਡੇ ਹੋਮ ਮਿਨਿਸਟਰ ਨੇ ਕਹਿਤਾ ਹੋਰ ਕੀ ਰਹਿ ਗਿਆ ਹੁਣ ਠੀਕ ਹੈ ਹਰ ਗੱਲ ਚ ਪ੍ਰਧਾਨ ਮੰਤਰੀ ਦਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਟਾਰਗੇਟ ਹੁਣ ਹੈ ਕੀ ਹੈ ਲਾਂਘੇ ਲਈ ਵਕਤ ਘੱਟ ਬਚਿਆ ਬੈਠਕ ਵੀ ਹੋਣੀ ਹੈ ਉਸ ਬੈਠਕ ਦੇ ਵਿੱਚ ਕੁਝ ਵਿਚਾਰਾਂ ਹੋਣੀਆਂ ਸਮਝੌਤਿਆਂ ਤੇ ਸਹੀ ਵਾਜਾਂ ਨਹੀਂ ਹੈਗੀ ਹੈ ਉਸ ਤੋਂ ਬਾਅਦ ਜਿਹੜੀ ਮੈਂ ਇੱਕ ਸਵਾਲ ਜਿਹੜਾ ਚਿੰਤਾਜਨਕ ਹੈਗਾ ਕਿ ਸਾਨੂੰ ਵਾਰ ਵਾਰ ਇਹਨਾਂ ਮੁੱਦਿਆਂ 'ਤੇ ਡਿਬੇਟ ਤਾਂ ਨਹੀਂ ਕਰਨੀ ਪਊਗੀ ਜਾਂ ਕਰਨੀ ਪਊਗੀ ਜਦੋਂ ਤੱਕ ਲਾਂਘਾ ਖੁੱਲ੍ਹ ਨਹੀਂ ਜਾਂਦਾ ਦੇਖੋ ਸਰਕਾਰਾਂ ਦੋਵਾਂ ਪਾਸਿਆਂ 'ਤੇ ਜਿਹੋ ਜਿਹੀਆਂ ਉਹਨਾਂ ਨੇ ਪੁਜੀਸ਼ਨਾਂ ਲੈਣੀਆਂ ਉਹਨਾਂ ਨੇ ਲਈਆਂ ਹੋਈਆਂ ਔਰ ਇਹੀ ਪੁਜੀਸ਼ਨਾਂ ਉਹਨਾਂ ਦੀਆਂ ਆਉਣ ਵਾਲੇ ਸਮੇਂ 'ਚ ਜੇ ਉਹਨਾਂ ਨੂੰ ਖੁੱਲ੍ਹਾ ਛੱਡਤਾ ਜਾਏ ਤਾਂ ਹੋਰ ਇੰਟੈਂਸੀਫਾਈ ਹੋਣਗੀਆਂ ਹੋਰ ਉਹ ਜ਼ਿਆਦਾ ਸ਼ਕਤੀ ਨਾਲ ਅੱਗੇ ਆਉਣਗੀਆਂ ਇੱਧਰ ਦਾ ਏਜੰਡਾ ਜਿਹੜਾ ਬਹੁ ਗਿਣਤੀ ਵਾਲਾ ਅਤੇ ਘੱਟ ਗਿਣਤੀ ਵਾਲਾ ਜਿਹੜਾ ਆਪਸ ਵਿੱਚ ਇੱਕ ਪਿਛਲੇ ਕੁਝ ਸਮੇਂ ਤੋਂ ਚੱਲਿਆ ਸੌਰੀ ਉਹ ਵੀ ਜ਼ਿਆਦਾ ਤਕੜੇ ਤੌਰ 'ਤੇ ਅੱਗੇ ਆਊਗਾ ਇਸੇ ਤਰੀਕੇ ਨਾਲ ਉੱਧਰ ਵੀ ਚੱਲਣਾ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਿ ਅੱਲੇ ਪੱਲੇ ਕਿਸੇ ਦੇ ਨਹੀਂ ਪਰ ਜਿਹੜਾ ਲਾਂਘਾ ਖੁੱਲ੍ਹ ਰਿਹਾ ਉਹਦੇ ਨਾਲ ਇੱਕ ਨਵੀਂ ਚੀਜ਼ ਜ਼ਰੂਰ ਗੱਲ ਬਣੂਗੀ ਉਹ ਇਹ ਬਣੂਗੀ ਕਿ ਉੱਧਰ ਦਾ ਪੰਜਾਬ ਅਤੇ ਇੱਧਰ ਦਾ ਪੰਜਾਬ ਜਾਂ ਇੱਧਰ ਦੇ ਹੋਰ ਵੀ ਜਿਹੜੇ ਲੋਕ ਹੈਗੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਇਕੱਲੇ ਸਿੱਖ ਹੀ ਨਹੀਂ ਸਮੁੱਚੇ ਬਹੁਤ ਹੋਰ ਬਰਾਦਰੀਆਂ ਵੀ ਹੈਗੀਆਂ ਇੱਕ ਵੱਡਾ ਸ਼ਾਂਤੀ ਦਾ ਜਿਹੜਾ ਬ੍ਰਿਜ ਜਿਹੜਾ ਪੀਪਲ ਟੂ ਪੀਪਲ ਪ੍ਰੈਸ਼ਰ ਪਊਗਾ ਅਤੇ ਇਹਨਾਂ ਨੂੰ ਲਾਂਘਤਾ ਪਾਊਗਾ ਦੋਵੇਂ ਪਾਸੇ ਕਿ ਇਹ ਕੰਮ ਬੰਦ ਕਰੋ ਨੇੜੇ ਆਓ ਨੇੜੇ ਆਓ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਅਸੀਂ ਇੰਨੇ ਚਿਰ ਦੀਆਂ ਵਾਹਗੇ ਬਾਰਡਰ 'ਤੇ ਜਾ ਕੇ ਮੋਮਬੱਤੀਆਂ ਜਗਾ ਜਗਾ ਕੇ ਬੇਨਤੀਆਂ ਕਰ ਰਹੇ ਸੀ ਉਸ ਪ੍ਰੈਸ਼ਰ ਦੇ ਥੱਲੇ ਹੋ ਸਕਦਾ ਕਿ ਸਰਕਾਰਾਂ ਜਿਹੜੀਆਂ ਆ ਉਹ ਜਿਹੜੇ ਆਪਣੇ ਕਾਨਸਟੀਟਿਊਸ਼ਨ ਦੇ ਨਾਂ 'ਤੇ ਡੈਮੋਕ੍ਰੇਸੀ ਦੇ ਨਾਂ 'ਤੇ ਧਾਰਮਿਕ ਏਜੰਡਿਆਂ ਨੂੰ ਅੱਗੇ ਪਹੁੰਚਾਉਣਾ ਚਾਹੁੰਦੀਆਂ ਉਹਦੇ 'ਤੇ ਥੋੜ੍ਹੀ ਰੁਕਾਵਟ ਬਣੇ ਪਰ ਨਾਲੋ ਨਾਲ ਮੈਨੂੰ ਜਿਹੜਾ ਖਦਸ਼ਾ ਜਿਹੜਾ ਤੁਹਾਡਾ ਵੀ ਸਵਾਲ ਹੈ ਜਿਹੜਾ ਲੋਕਾਂ ਦਾ ਵੀ ਹੈ ਜਿਹੜਾ ਸਾਡਾ ਵੀ ਹੈਗਾ ਕਿ ਜਿਵੇਂ ਜਿਵੇਂ ਆਰਥਿਕ ਸੰਕਟ ਡੂੰਘੇ ਹੋਣੇ ਆ ਗਲੋਬਲੀ ਵੀ ਹੋ ਰਿਹਾ ਸਾਡੇ ਜ਼ਿਆਦਾ ਹੋਣੇ ਆ ਔਰ ਉਵੇਂ ਉਵੇਂ ਉਹਨੂੰ ਕੰਪਨਸੇਟ ਕਰਨ ਲਈ ਧਰਮ ਦੀ ਜਿਹੜੀ ਆਪਸ ਵਿੱਚ ਫਿਰਕਾ ਪ੍ਰਸਤੀ ਕਹਿ ਲਓ ਜਾਂ ਉਸ ਕਿਸਮ ਦੀ ਘੱਟ ਗਿਣਤੀ ਵਰਸਿਸ ਬਹੁ ਗਿਣਤੀ ਦੇ ਜਿਹੜੇ ਏਜੰਡੇ ਆ ਉਹ ਇੰਟੈਂਸੀਫਾਈ ਹੋਣਗੇ ਉਹ ਜ਼ਿਆਦਾ ਪ੍ਰਬਲ ਹੋਣਗੇ ਇਸ ਗੱਲ ਨੂੰ ਕਿਵੇਂ ਕਰਨਾ ਕਿਵੇਂ ਰੋਕਣਾ ਆ ਇਹ ਸਾਡੇ ਸਾਰੀ ਜਨਤਾ ਦਾ ਜਿਹੜੀ ਕੌਨਸ਼ੀਅਸ ਜਨਤਾ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਠੀਕ ਹੈ ਵਿਕਰਮਜੀਤ ਲਾਸਟ ਵਿੱਚ ਕੋਈ ਕਮੈਂਟ ਕਰਨਾ ਚਾਹੁੰਦੇ ਤੁਸੀਂ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਸਿੱਖ ਕਨਵੈਨਸ਼ਨ ਹੋਈ ਹੈ ਇਸ ਤੋਂ ਬਾਅਦ ਕੋਈ ਹੋਰ ਸਮਾਗਮ ਹੀ ਹੋਣੇ ਆ ਉਹਨਾਂ ਸਮਾਗਮਾਂ ਨੂੰ ਸਿਆਸਤ ਤੋਂ ਦੂਰ ਰੱਖਣ ਦੇ ਲਈ ਕੁਝ ਉਪਰਾਲਾ ਕੀਤਾ ਜਾ ਸਕਦਾ ਜਾਂ ਸਾਰੇ ਸਮਾਗਮਾਂ ਦੇ ਵਿੱਚ ਸਿਆਸਤ ਹੋਊਗੀ ਇੱਧਰ ਵੀ ਸਮਾਗਮ ਹੋਣੇ ਆ ਉੱਧਰ ਵੀ ਹੋਣੇ ਦੇਖੋ ਜੀ ਬੋਥ ਸਾਈਡਸ ਹੈਵ ਪਾਕਿਸਤਾਨ ਇਜ਼ ਡਿਕਲੇਅਰਡ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ ਮੋਦੀ ਗਵਰਨਮੈਂਟ ਇਜ਼ ਮੂਵਿੰਗ ਟੁਵਰਡਸ ਹਿੰਦੁੱਤਵਾ ਸੋ ਧਰਮ ਐਂਡ ਪੋਲੀਟਿਕਸ ਨੇ ਤਾਂ ਮਿਕਸ ਹੋਣਾ ਹੀ ਹੋਣਾ ਔਰ ਦੋਨੋਂ ਬੜੀ ਦੱਬ ਕੇ ਮਿਕਸ ਕਰ ਰਹੇ ਨੇ ਔਰ ਇੱਕ ਛੋਟੇ ਜਿਹੇ ਇਸ਼ੂ ਨੂੰ ਲੈ ਕੇ ਐਸੇ ਚੱਕ ਦਿੰਦੇ ਨੇ ਲਾਈਕ ਗੁਰੂ ਨਾਨਕ ਹਵੇਲੀ ਦਾ ਜਿਹੜਾ ਇੱਕ ਫੇਕ ਨਿਊਜ਼ ਆਈ ਇਹਨੇ ਕੁੜੀ ਦਾ ਜਗਜੀਤ ਕੌਰ ਦਾ ਸੋ ਕਾਲਡ ਅਲੈਜਡ ਫੋਰਸਡ ਕਨਵਰਸ਼ਨ ਲੈ ਕੇ ਦੋਨੋਂ ਸਾਈਡ ਲੱਗੀਆਂ ਹੋਈਆਂ ਨੇ ਸੋ ਇਹਨਾਂ ਨੇ ਹਟਣਾ ਨਹੀਂ ਜੀ ਇਹਨਾਂ ਨੇ ਕੋਈ ਪਿਓਰਿਟੀ ਦ ਸਿੱਖ ਸੈਂਟੀਮੈਂਟਸ ਆਰ ਨੋਟ ਗੋਇੰਗ ਟੂ ਬੀ ਰਿਸਪੈਕਟਡ ਪਿਓਰਲੀ ਬਾਏ ਪਾਕਿਸਤਾਨ ਆਲਸੋ ਲੈਟ ਅਸ ਨੋਟ ਫੂਲ ਆਰ ਸੈਲਸ ਉਹ ਸਾਨੂੰ ਵੀ ਯੂਜ਼ ਕਰ ਰਹੇ ਨੇ ਬੜੀ ਅੱਛੀ ਤਰ੍ਹਾਂ ਇਨ ਅ ਬਿਗਰ ਗੇਮ ਚਲੋ ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ ਗਰੇਵਾਲ ਸਾਹਿਬ ਤੁਹਾਡਾ ਗੁਰਪ੍ਰੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਪ੍ਰਸੰਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਕੁੱਲ ਮਿਲਾ ਕੇ ਧਰਮ ਨੂੰ ਸਾਰੇ ਆਪਦੀ ਸਿਆਸਤ ਦੇ ਲਈ ਵਰਤਦੇ ਹੈਗੇ ਆ ਅਤੇ ਜਦੋਂ ਧਰਮ ਨੂੰ ਸਿਆਸਤ ਦੇ ਲਈ ਵਰਤਿਆ ਜਾਊਗਾ ਤਾਂ ਫਿਰ ਡਿਬੇਟ ਇੱਥੇ ਥੋੜ੍ਹੀ ਮੁੱਕੇਗੀ ਡਿਬੇਟ ਹੋਰ ਵੀ ਹੋਣਗੀਆਂ ਬਹੁਤ ਧੰਨਵਾਦ